ਹੈਗੇ ਰੰਗ ਕਰਕੇ ਆਮ ਆਦਮੀ ਪਾਰਟੀ ਕਲੀਨਿਕ ਸਾਂਝ ਕੇਂਦਰ ਬਣਾ ਤੇ ਕਹਿੰਦੇ ਸਾਂਝੇ ਕੇਂਦਰ ਦਾ ਕਰਜ਼ਾ 3,00,000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਛੱਡ ਕੇ ਗਏ ਆ ਕਿੰਨੇ ਸਾਲਾਂ ਇੱਕ ਮਿੰਟ ਮੇਰਾ ਆਨਸਰ ਲੈ ਲਓ ਭਾਈ ਸਾਹਿਬ ਲੈ ਲਓ ਆਨਸਰ ਲੈ ਲਓ ਲੈ ਲਓ ਆਨਸਰ ਇਹ ਵਿਚਾਰੇ ਇਹ ਕਹਿੰਦੇ ਤੁਹਾਨੂੰ ਛੱਡ ਦੇ ਛੱਡ ਦਿਓ ਵਿਚਾਰਿਆਂ ਨੂੰ ਇਹ ਬਦਲਾ ਗਏ ਆ ਇਹ ਛੱਡ ਦਿਓ ਵਿਚਾਰਿਆਂ ਨੂੰ ਤਿੰਨ ਦੋ ਤਿੰਨ ਤਾਂ ਹੈਗੇ ਵਿਚਾਰੇ ਰਹਿਣ ਦਿਓ ਕੋਈ ਗੱਲ ਛੱਡ ਦਿਓ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਵਿਖੇ ਜਿਹੜੀ ਸਭ ਤੋਂ ਹੌਟ ਸੀਟ ਬਣੀ ਹੋਈ ਹੈ ਜਿਹੜੀਆਂ ਇਹ ਗੱਲਾਂ ਕਰਦੇ ਹੋ ਬੇਸ ਵਾਲੀਆਂ ਆ ਜਿਹੜੀਆਂ ਅਸੀਂ ਗੱਲਾਂ ਕਰਦੇ ਪਏ ਜ਼ਰੂਰ ਦੇ ਆਪਾਂ ਆਏ ਹਾਂ ਇਹਨਾਂ ਨੇ ਬਿਨਾਂ ਖੀਖੀ ਤੋਂ ਹੋਰ ਕੋਈ ਜਵਾਬ ਨਹੀਂ ਦਿੱਤਾ ਸਾਡੀਆਂ ਬੀਬੀਆਂ ਇਲੈਕਸ਼ਨ ਲੜ ਰਹੀਆਂ ਆ ਤੁਹਾਡਿਆਂ ਕੋਲ ਲੜਨ ਨਹੀਂ ਆਈਆਂ ਬੀਬੀਆਂ ਲੜਨ ਨਹੀਂ ਆਈਆਂ ਸਾਡੀਆਂ ਬੀਬੀਆਂ ਇਲੈਕਸ਼ਨ ਲੜ ਰਹੀਆਂ ਆ ਇਹਨਾਂ ਵਿਚਾਰਿਆਂ ਕੋਈ ਟੀਮ ਹੀ ਹੈ ਨਹੀਂ ਅਸੀਂ ਜੇ 10 ਲੇਡੀ ਇੱਥੇ ਆਈਆਂ ਤਾਂ 100 ਲੇਡੀ ਸਾਡੀ ਫੀਲਡ 'ਚ ਕੰਮ ਕਰਦੀ ਪਈ ਆ ਇਹਨਾਂ ਕੋਲ ਵਿਚਾਰੀਆਂ ਕੋਲ ਲੇਡੀਜ਼ ਹੈ ਹੀ ਨਹੀਂ ਆ ਬਿੱਲ ਲੈ ਕੇ ਆਏ ਨੇ ਬੀਜੇਪੀ ਵਾਲੇ ਖਾਲੀ ਦੇ ਲੈ ਕੇ ਆਏ ਹੋਗੇ ਕੀ ਕਹਿੰਦੇ ਹੋ ਸੋ ਅੱਛਾ ਹੋਰ ਦੱਸੋ ਬਿੱਲ ਲੈ ਕੇ ਆਏ ਹੋ ਅਸੀਂ ਬਿੱਲ ਲੈ ਕੇ ਆ ਬਿੱਲ ਲੈ ਕੇ ਖਾ ਯਾਰ ਕਹੋ ਗੱਲ ਦਾ ਉਹ ਯਾਰ ਗੁੱਡ ਇੱਕ ਮਿੰਟ ਯਾਰ ਗੱਲ ਦਾ ਉਹ ਯਾਰ ਗੱਲ ਦੱਸ ਅਕਾਲੀ ਅਸਲੀ ਉਹ ਸੀ ਇਹ ਬਾਦਲ ਦਲੀਏ ਆ ਇਹ ਬਾਦਲ ਦਲ ਦੇ ਲੋਕ ਨੇ ਇਹਨਾਂ ਦਾ ਹਾਲ ਹੋਆ ਕਿ ਸ਼ਰਮਾ ਦੀ ਦਾਲ ਡੁੱਲੀ ਅਸੀਂ ਡੋਲ ਡੋਲ ਖਾਂਦੇ ਆ ਪਵਨ ਕੁਮਾਰ ਟੀਨੂ ਜੀ ਉਹਨਾਂ ਦੀ ਵੀ ਦਾਲ ਡੁੱਲੀ ਹੋ ਸੀ ਉਹਨੂੰ ਕਾਹਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਤਾਂ ਇਕੱਠੇ ਲੜਦੇ ਆ ਦਿੱਲੀ ਦੇ ਵਿੱਚ ਇਕੱਠੇ ਲੜਦੇ ਆ ਤੇ ਚੰਡੀਗੜ੍ਹ ਤੋਂ ਉਤਰ ਕੇ ਜਦੋਂ ਮੁਹਾਲੀ ਆਉਂਦੇ ਆ ਤਾਂ ਉਦੋਂ ਕਹਿੰਦੇ ਅਸੀਂ ਅਲੱਗ ਅਲੱਗ ਇਹਨਾਂ ਨੂੰ ਪੁੱਛਣਾ ਇਕੱਠੇ ਆ ਲੋਕਾਂ ਨੂੰ ਬਿੱਲ ਦੇ ਬਿੱਲ ਫ੍ਰੀ ਆਉਂਦੇ ਪਏ ਨਵਾਂ ਥਰਮਲ ਪਲਾਂਟ ਲੈ ਲਿਆ ਵਾ ਕਿੰਨੇ ਲੋਕਾਂ ਨੂੰ ਸਹਾਇਤਾ ਦਿੱਤੀ ਹੈਗੀ ਆ ਡਾਕਟਰ ਸਾਹਿਬ ਸਾਰੀਆਂ ਮੋਟਰਾਂ ਫ੍ਰੀ ਸੀਗੀਆਂ ਸਾਡੇ ਰਾਜ 'ਚ ਸਾਰੀਆਂ ਮੋਟਰਾਂ ਫ੍ਰੀ ਸਾਰੇ ਫ੍ਰੀ ਦਿੱਤੀਆਂ ਸਾਰੀ ਸਹੂਲਤਾਂ ਫ੍ਰੀ ਦਿੱਤੀਆਂ ਸਰਕਾਰ ਨੂੰ ਅੱਜ ਦੱਸੋ ਗੁੰਡਾ ਕਰਦੀ ਘਰ ਘਰ ਨਸ਼ਾ ਵਿਕਦਾ ਕਿ ਨਹੀਂ ਵਿਕਦਾ ਚਿੱਟਾ ਲਿਆਇਆ ਕੋਲ ਅਕਾਲੀ ਦਲ ਮਜੀਠੀਆ ਮਜੀਠੀਆ ਸਾਹਿਬ ਤੋਂ ਮਾਫੀ ਕਿਉਂ ਮੰਗੀ ਸੀ ਇਹਨਾਂ ਨੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਸਰਕਾਰ ਬਣਾਉਂਦੇ 1,000 ਰੁਪਏ ਸਾਰੇ ਮਹਿਲਾਵਾਂ ਨੂੰ ਦੇਵਣਗੇ ਦੱਸੋ ਕਿਹੜੀ ਭੈਣ ਉਹ ਕਹਿੰਦੇ 15,00,000 ਕਿੱਥੇ ਆ ਜਿਹੜਾ ਮੋਦੀ ਸਾਹਿਬ ਕਹਿੰਦੇ ਸੀ 14 ਦੇ ਵਿੱਚ ਦਾ ਕਿਤੇ ਵੀ ਦਿਖਾਣਗੇ ਉਹ ਮੋਦੀ ਸਾਹਿਬ ਨੇ ਕਿਹਾ ਸੀ 15,00,000 ਆਊਗਾ ਅਕਾਲੀ ਦਲ ਵਾਲੀ ਕਹਾਵਤ ਜਿਹੜੀ ਮੈਂ ਪਹਿਲਾਂ ਕਹੀ ਸੀ ਇਹਨਾਂ ਨੂੰ ਜੋੜ ਦਿੰਦੇ ਮੈਂ ਦੁਹਰਾਉਣੀ ਨਹੀਂ ਆ ਇਹਨਾਂ ਨੂੰ ਤੁਸੀਂ ਇਹ ਪੁੱਛੋ ਇਹਨਾਂ ਨੂੰ ਬੀਜੇਪੀ ਆ ਤੁਸੀਂ ਇਹ ਪੁੱਛੋ ਕਿ ਇਹਨਾਂ ਕੋਲ ਇੱਦਾਂ ਦੀ ਕਿਹੜੀ ਵਾਸ਼ਿੰਗ ਮਸ਼ੀਨ ਆ ਜਿਹੜੇ ਲਿਆ ਕੇ ਵਿੱਚ ਪਾਉਂਦੇ ਆ ਬੰਦਾ ਦੁੱਧ ਦੁੱਧ ਨਿਕਲ ਜਾਂਦਾ ਵਾ ਇਹਨਾਂ ਨੂੰ ਪੁੱਛੋ ਇਹ ਕਹਿੰਦੇ ਸੀਗੇ ਵੀ ਕਾਂਗਰਸ ਦਾ ਕੂੜਾ ਅਸੀਂ ਨਹੀਂ ਲੈਣਾ ਜਿਹੜੇ ਹੁਣ ਕੈਂਡੀਡੇਟ ਲੈ ਕੇ ਗਏ ਆ ਜਾਂ ਜਿਹੜੇ ਜਿੱਤੇ ਆ ਉਹ ਕੂੜਾ ਆ ਕਿ ਕੈਂਡੀਡੇਟ ਨੂੰ ਇਹ ਵਿਚਾਰੇ ਦਰੀਆਂ ਵਿਛਾਉਣ ਵਾਲੇ ਆ ਕੈਂਡੀਡੇਟ MP ਦੀਆਂ ਤੇ MLA ਦੀਆਂ ਇਲੈਕਸ਼ਨਾਂ ਅਸੀਂ ਲੜਾਂਗੇ ਇਹ ਦਰੀਆਂ ਵਿਛਾਉਣ ਵਾਲੇ ਆ ਉੱਥੋਂ ਲਕੀਮਪੁਰ ਖੇੜੀ ਦੇ ਸਿਟਿੰਗ MP ਦੇ ਮੁੰਡੇ ਨੇ ਜਿਹਨੇ ਗੱਡੀਆਂ ਥੱਲੇ ਦੇ ਕੇ 6 ਕਿਸਾਨ ਮਾਰੇ ਇਹਨਾਂ ਨੇ ਉਹਨੂੰ ਫਿਰ ਦੁਬਾਰਾ ਟਿਕਟ ਦੇ ਕੇ ਫਿਰ ਦੁਬਾਰਾ ਟਿਕਟ ਦੇ ਕੇ ਉਹਨੂੰ MP ਦਾ ਇਲੈਕਸ਼ਨ ਕੰਟੈਸਟ ਕਰਵਾ ਰਹੇ ਇਹਨਾਂ ਦਾ ਪਹਿਲਾਂ ਕਿਸਾਨੀ ਦੇ ਸਟੈਂਡ ਪੁੱਛੋ ਇਹਨਾਂ ਨੇ ਪੁੱਛਿਆ ਵੀ ਜਿੱਦਾਂ 3 ਕਾਨੂੰਨ ਪਾਸ ਹੋਏ ਸੀ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਖੜੇ ਇਹ ਕਹਿੰਦੇ ਜਿੱਦਣ 3 ਕਾਨੂੰਨ ਪਾਸ ਹੋਏ ਸੀ ਉਦੋਂ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਸਾਡੀ ਕੌਰ ਨਾਲ ਉਹ ਖੜੇ ਸੀ ਇਤਿਹਾਸਿਕ ਮੰਤਰੀ ਨੇ ਅਸਤੀਫਾ ਦੇ ਕੇ ਇਹਨਾਂ ਨੇ ਗੜ੍ਹ 'ਚ ਅੰਗੂਠਾ ਦਿੱਤਾ ਉਹ ਵੀ ਬੀਬਾ ਹਰਸਿਮਰਤ ਕੌਰ ਬਾਦਲ ਅਸਤੀਫਾ ਦਾ ਹਮੇਸ਼ਾ ਦੁਆਬੇ ਨਾਲ ਧੱਕਾ ਕਰਦਾ ਰਿਹਾ ਏਮਸ ਹਸਪੀਟਲ ਸਾਂਪਲਾ ਜੀ ਦਾ ਲੈ ਕੇ ਆਉਂਦਾ ਤਲਵਾੜੇ ਤੇ ਖਿੱਚ ਕੇ ਲੈ ਕੇ ਬਠਿੰਡੇ ਤਾਂ ਪੰਜਾਬ ਵਿੱਚ ਕਹਿੰਦੇ ਅਕਾਲੀ ਦਲ ਧੱਕਾ ਕਰਦਾ ਮਤਲਬ ਤਾਂ ਇਹ ਹੋਇਆ ਨਾ ਮਤਲਬ ਤਾਂ ਇਹ ਹੋਇਆ ਕਿ ਸਾਂਪਲਾ ਸਾਹਿਬ ਆਪਣੀ ਜੌਬ ਤੇ ਖੜੇ ਨਹੀਂ ਉਤਰੇ ਜਿਹੜੀਆਂ ਮੈਡਲਸ ਕੁੜੀਆਂ ਆ ਉਹਨਾਂ ਨਾਲ ਮੋਲੈਸਟੇਸ਼ਨ ਹੋਈ ਆ ਉਹਦੇ ਦੇਣ ਵਾਲਾ ਕੀ ਸਟੈਂਡ ਆ ਤੇ 700 ਜਿਹੜਾ ਸਾਡਾ ਕਿਸਾਨ ਮਰਿਆ ਉਹਦੇ ਦੇਣ ਵਾਲਾ ਕੀ ਸਟੈਂਡ ਆ
ਪਿਛਲੇ 4 ਸਾਲ ਤੋਂ 6000 ਰੁਪਿਆ ਹਰ ਕਿਸਾਨ ਦੇ ਖਾਤੇ 'ਚ ਆ ਰਿਹਾ, ਕਦੀ ਇਹਨਾਂ ਨੇ ਦਿੱਤਾ? ਆ ਰਿਹਾ ਕਿ ਨਹੀਂ ਆ ਰਿਹਾ? ਇਹ ਮਨਾ ਕਰਨ ਨਹੀਂ ਆ ਰਿਹਾ? ਕੁੜੀਆਂ ਦੇ ਕੀ ਸਟੈਂਡ ਓਲੰਪੀਅਨ ਕੁੜੀਆਂ ਨਾਲ ਜਿਨ੍ਹਾਂ ਦਾ ਤੱਕ ਇਹਨਾਂ ਕੋਲ ਵਾਸ਼ਿੰਗ ਮਸ਼ੀਨ ਲੱਗੀ, ਇਹਨਾਂ ਕੋਲ ਡਿਟਰਜੈਂਟ ਹੈ, ਇਹ ਸੈਂਟਰ ਵਿੱਚ ਬੈਠੇ ਕੋਲ ਵਾਸ਼ਿੰਗ ਮਸ਼ੀਨ ਹੈ, ਇਹ ਧੋ ਰਹਿੰਦੇ ਆ ਆ ਕੇ ਧੱਕੇ ਨਾ ਕਰਦੀ ਪਈ ਬੀਜੇਪੀ ਸਰਕਾਰ ਨੇ, ਧੱਕੇ ਨਾ ਕਰਾ ਰਹੀ ਹੈ, ਧੱਕੇ ਨਾ ਆਪਣੀ ਤਾਨਾਸ਼ਾਹੀ ਕਰਦੀ ਪਈ ਈਡੀ ਇਹਨਾਂ ਦੀ ਹੈ। ਅਗਰ ਕੰਮ ਕਰੇ ਈਡੀ ਤਾਂ ਧੱਕਾ ਕਰ ਰਹੀ, ਜੇ ਵਿਜੀਲੈਂਸ ਕਰੇ ਤਾਂ ਆਪਣਾ ਕੰਮ ਕਰ ਰਹੀ ਹੈ। ਕਹਿੰਦੇ ਜੇ ਵਿਜੀਲੈਂਸ ਕਰੇ ਤਾਂ ਆਪਣਾ ਕੰਮ, ਜੇ ਈਡੀ ਕਰੇ ਤਾਂ ਧੱਕਾ। ਇਹ ਸਾਰੇ ਸਾਥੀਆਂ ਨੂੰ ਪਿੱਛੇ ਕਰਕੇ ਨਾ ਇਹਨਾਂ ਨੂੰ ਪ੍ਰੋ ਪੰਜਾਬ ਦੀ ਆਪਣੀ ਵੈਨ ਦਿਖਾ ਦਿਓ, ਜਿੱਦਾਂ ਉੱਥੇ ਤੁਸੀਂ ਰਿਜ਼ਲਟ ਲਿਖਿਆ ਉੱਦਾਂ ਹੀ ਹੋਣਾ ਆ, ਦਿਖਾ ਦਿਓ ਇਹਨਾਂ ਨੂੰ ਵੈਨ ਦਿਖਾ ਦਿਓ। ਪੰਜਾਬ ਦੇ 800 ਕਰੋੜ ਦੀ ਗੱਲ, ਪੰਜਾਬ ਦੇ 800 ਕਰੋੜ ਦੀ। ਜਿਹੜੇ ਇੰਨੇ ਸਾਲ ਰਾਜ ਕੀਤਾ ਉਹਦਾ ਜਵਾਬ ਦਿਓ। ਜਿਹੜਾ ਇੰਨਾ ਸਾਲ ਰਾਜ ਕੀਤਾ ਉਹਦਾ ਜਵਾਬ ਕੀ ਹੈ? ਜੇ ਦੱਸ ਦੇਣ ਇਹਨਾਂ ਦੇ ਮੰਤਰੀ ਸਾਹਿਬ ਨੇ ਕਿਹੜਾ ਨਵਾਂ ਲਿਆਂਦਾ, ਕੋਈ ਇੰਸਟੀਚਿਊਟ ਲਿਆਂਦਾ, ਕੋਈ ਇੰਡਸਟਰੀ ਲਿਆਂਦੀ 2 ਸਾਲ ਦੇ ਵਿੱਚ, ਇਹਨਾਂ ਦੇ ਮੰਤਰੀ ਸਾਹਿਬ ਦੱਸ ਦੇਣ। ਉਹ ਕਹਿੰਦੇ ਹੁੰਦੇ ਹੱਥ ਨਾ ਪਹੁੰਚੇ ਤੇ ਥੂ ਕੌੜੀ, ਕੋਈ ਸਵਾਲ ਹੈ ਨਹੀਂ, ਕੋਈ ਮੁੱਦਾ ਹੈ। ਹੁਸ਼ਿਆਰਪੁਰ ਦਾ ਰੇਲਵੇ ਸਟੇਸ਼ਨ ਜਾ ਕੇ ਦੇਖ ਲਓ, ਵਰਲਡ ਕਲਾਸ ਰੇਲਵੇ ਸਟੇਸ਼ਨ ਬਣਨ ਜਾ ਰਿਹਾ। ਕਿਹੜਾ ਉਹ 1.5 ਸਾਲ ਇਲੈਕਸ਼ਨ ਦਾ ਸਟਾਪ, ਭਾਈ ਸਾਹਿਬ 1.5 ਸਾਲ ਹੋ ਗਏ ਸ਼ੁਰੂ ਹੋਣੇ ਨੂੰ, 1.5 ਸਾਲ ਹੋ ਗਏ ਇਹਨਾਂ ਤੋਂ ਪੁੱਛ ਲੈਣੇ ਆ। ਕਾਂਗਰਸ ਕਹਿੰਦੀ ਤੁਸੀਂ ਫੜੇ ਕਿਉਂ ਨਹੀਂ? ਕਦੀ ਕਦੀ ਇਨਸਾਨ ਦੇ ਮੂੰਹੋਂ ਸੱਚ ਨਿਕਲਦਾ। ਮੈਡਮ ਹਰਸਿਮਰਤ ਕੌਰ ਬਾਦਲ ਨੇ ਦਰਬਾਰ ਸਾਹਿਬ ਜਾ ਕੇ ਕਿਹਾ ਸੀ ਜਿਨ੍ਹਾਂ ਨੇ ਬੇਅਦਬੀ ਕਰਿਆ, ਕੱਖ ਨਾ ਰਵੇ ਔਰ ਕੱਖ ਨਹੀਂ ਰਿਹਾ ਇਹਨਾਂ ਦਾ। ਇਹਨਾਂ ਨੇ ਕਿ ਸਾਨੂੰ ਜੁਡੀਸ਼ੀਅਲ 'ਚ ਯਕੀਨ ਆ, ਫਿਰ ਹੁਣ ਕਿਉਂ ਕਹਿੰਦੇ ਆ? ਇਹ ਕਹਿੰਦੇ ਤੁਹਾਨੂੰ ਵੀ ਜੁਡੀਸ਼ੀਅਲ 'ਤੇ ਯਕੀਨ ਆ, ਸਾਨੂੰ ਵੀ ਯਕੀਨ ਆ। ਜੁਡੀਸ਼ੀਅਲੀ ਯਕੀਨ ਹੈਗਾ ਨਾ ਇਹਨਾਂ ਨੂੰ? ਸਾਨੂੰ ਪਰਮਾਤਮਾ 'ਤੇ ਵੀ ਭਰੋਸਾ ਇਹਨਾਂ ਨੇ, ਇਹਨਾਂ ਤਾਂ ਪਰਮਾਤਮਾ ਭੁੱਲ ਗਿਆ ਸੀਗਾ। ਇੱਕ ਲਾਸਟ ਸਵਾਲ, ਇੱਕ ਮਿੰਟ ਤੁਸੀਂ ਸ਼ੁਰੂ ਕੀਤਾ ਸੀਗਾ। ਸਤਿ ਸ਼੍ਰੀ ਅਕਾਲ, ਪ੍ਰੋ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਰਾਜਵੀਰ ਸਿੰਘ। ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਵਿਖੇ, ਜਿਹੜੀ ਸਭ ਤੋਂ ਹੌਟ ਸੀਟ ਬਣੀ ਹੋਈ ਹੈ, ਜਿੱਥੇ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਤੋਂ ਨੇ, ਸੋਮ ਪ੍ਰਕਾਸ਼ ਪਹਿਲਾਂ MP ਨੇ, ਨਾਲ ਕਾਂਗਰਸ ਹੈ ਅਤੇ ਉਸਦੇ ਨਾਲ ਅਕਾਲੀ ਦਲ ਹੈ। ਤਾਂ ਗੱਲਬਾਤ ਸ਼ੁਰੂ ਕਰਦੇ ਹਾਂ BJP ਤੋਂ। ਤਾਂ ਤੁਹਾਡੇ MP ਨੇ, ਐਸੇ 5 ਕੰਮ ਗਿਣਾਓ ਜਿਨ੍ਹਾਂ ਕਰਕੇ ਤੁਹਾਨੂੰ ਇਸ ਵਾਰ ਵੋਟ ਪਾਉਣ ਲੋਕ। 5 ਕੰਮਾਂ ਦੇ ਵਿੱਚੋਂ ਨਰਿੰਦਰ ਮੋਦੀ ਜੀ ਨੇ ਪੂਰੇ ਦੇਸ਼ ਦੇ ਵਿੱਚ ਬਹੁਤ ਕੰਮ ਕੀਤੇ ਆ, ਵਿਕਾਸ ਦੀਆਂ ਨਵੀਆਂ ਲੀਹਾਂ ਉਹਨਾਂ ਨੇ ਬਣਾਈਆਂ। ਦੁਨੀਆ ਭਰ ਦੇ ਏਅਰਪੋਰਟ, ਦੁਨੀਆ ਭਰ ਦੇ ਰੇਲਵੇ ਸਟੇਸ਼ਨ, ਦੁਨੀਆ ਭਰ ਦੇ 4 ਮਾਰਗੀ ਮਾਰਗ ਬਣਾਏ ਹਨ। ਧਾਰਾ 370 ਖਤਮ ਕੀਤੀ ਹੈ, CAA ਲਾਗੂ ਕੀਤਾ ਹੈ, ਔਰ ਲੱਦਾਖ ਜੰਮੂ ਕਸ਼ਮੀਰ ਦੇ ਵਿੱਚ ਆਤੰਕਵਾਦ ਨੂੰ ਖਤਮ ਕਰਕੇ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਤਾਂ ਇੱਧਰੋਂ ਲੈ ਲੈਂਦੇ ਹਾਂ ਆਪ ਵਾਲਿਆਂ ਤੋਂ। ਇਹ ਕਹਿੰਦੇ ਆਹ ਕੰਮ ਕਰੇ ਨੇ ਅਸੀਂ, ਨੇ ਇਹਨਾਂ ਕਰਕੇ ਲੋਕ ਸਾਨੂੰ ਵੋਟਾਂ ਪਾਉਣਗੇ, ਤੁਸੀਂ ਕੀ ਕਹਿੰਦੇ ਹੋ? ਮੇਰਾ ਸਭ ਤੋਂ ਪਹਿਲਾਂ ਇਹਨਾਂ ਨੂੰ ਇੱਕ ਸਵਾਲ ਆ, ਸਤਿਕਾਰਤ ਸਾਡੇ ਸੋਮ ਪ੍ਰਕਾਸ਼ ਜੀ, ਉਹ MP ਬਣਨ ਤੋਂ ਬਾਅਦ ਮੈਨੂੰ ਲੱਗਦਾ ਹੀ ਇਜ਼ ਦਾ ਵਨ ਆਫ MP ਜਿਹਦੇ ਗੁੰਮਸ਼ੁਦਾ ਦੇ ਬੋਰਡ ਜਿਹੜੇ ਆ ਉਹ ਲੱਗੇ ਸੀਗੇ ਸ਼ਹਿਰ ਦੇ ਵਿੱਚ। ਮੈਂ ਪੂਰੇ ਦੇਸ਼ ਦੀ ਗੱਲ ਕਰ ਰਿਹਾ, ਮੈਂ ਸਿਰਫ ਹੁਸ਼ਿਆਰਪੁਰ 'ਤੇ ਫੋਕਸ ਰਹਿੰਦੇ ਹੋਏ ਇਹ ਜਾਣਨਾ ਚਾਹੂੰਗੀ ਕਿ ਸੋਮ ਪ੍ਰਕਾਸ਼ ਜੀ, ਮੇਰੇ ਹਿਸਾਬ ਨਾਲ ਦੂਸਰੀਆਂ ਪਾਰਟੀਆਂ ਵਾਲੇ ਵੀ ਮੇਰੇ ਨਾਲ ਸਹਿਮਤ ਹੋਣਗੇ ਕਿ ਉਹ ਹੁਸ਼ਿਆਰਪੁਰ 'ਚ ਕਿਤੇ ਦਿਸੇ ਨੇ, ਲੋਕਾਂ ਨੂੰ ਤਾਂ ਪੂਰੇ 5 ਸਾਲ 'ਚ ਕਿਤੇ ਨਜ਼ਰ ਹੀ ਨਹੀਂ ਆਏ। ਦੂਸਰੀਆਂ ਪਾਰਟੀਆਂ ਨੂੰ ਪੁੱਛ ਲੈਂਦੇ ਹਾਂ। ਹਾਂਜੀ ਦੱਸੋ ਜੀ, ਤੁਸੀਂ ਦੱਸੋ।
ਨਹੀਂ ਦੇਖੇ। ਮੇਰਾ ਸਵਾਲ ਮੇਰੇ ਭਾਰਤੀ ਜਨਤਾ ਪਾਰਟੀ ਤੋਂ ਜਿਹੜੇ ਖੜੇ ਜਿਹਨਾਂ ਨੇ ਜਵਾਬ ਦਿੱਤਾ, ਤੁਸੀਂ ਉਹਨਾਂ ਨੂੰ ਕੁਐਸਚਨ ਕੀਤਾ ਸੀ ਵੀ ਹੁਸ਼ਿਆਰਪੁਰ ਦੇ ਵਿੱਚ ਪੰਜ ਕੋਈ ਕੰਮ ਦੱਸੋ, ਉਹਨਾਂ ਨੇ ਆਲ ਓਵਰ ਇੰਡੀਆ ਦੀ ਜਿਹੜੀ ਮੋਦੀ ਸਰਕਾਰ ਦੀਆਂ ਉਹਨਾਂ ਦੀਆਂ ਉਪਲਬਧੀਆਂ ਦਿਖਾਤੀਆਂ, ਪੰਜ ਕੰਮ ਹੁਸ਼ਿਆਰਪੁਰ 'ਚ ਕੀਤੇ ਉਹ ਦੱਸਣ। ਪੰਜ ਕੰਮ ਹੁਸ਼ਿਆਰਪੁਰ ਮੈਂਬਰ ਪਾਰਲੀਮੈਂਟ ਨੇ ਕੀ ਕੀਤਾ ਆਪਣੀ ਕੌਂਸੀ ਮੈਂਬਰ ਪਾਰਲੀਮੈਂਟ ਦੇ ਕੰਮ ਦੱਸੋ, ਕਹਿੰਦੇ ਇੱਥੇ ਮੁੜ ਕੇ ਗੁੰਮਸ਼ੁਦਾ ਦੇ ਤਲਾਸ਼ ਕਰਨੀ ਪਈ। ਮੈਂਬਰ ਪਾਰਲੀਮੈਂਟ ਨੇ ਕਾਂਗਰਸ ਵਾਲੇ, ਆਪ ਵਾਲੇ ਜਾਂ ਹੋਰ ਪਾਰਟੀਆਂ ਵਾਲੇ, ਇਹ ਜਦੋਂ ਕਦੀ ਵੀ ਹੁਸ਼ਿਆਰਪੁਰ ਤੋਂ ਜਲੰਧਰ ਤੋਂ ਏਅਰਪੋਰਟ ਦੀ ਗੱਲ ਚੱਲਦੀ ਸੀ, ਕਾਂਗਰਸ ਕੋਲ ਇੱਕੋ ਹੀ ਗੱਲ ਹੁੰਦੀ ਸੀ ਕਿ ਆਦਮਪੁਰ ਦਾ ਜਿਹੜਾ ਹਵਾਈ ਅੱਡਾ, ਉਹ ਵਾਯੂ ਸੈਨਾ ਦਾ ਹਵਾਈ ਅੱਡਾ, ਉਹ ਕਦੀ ਉੱਥੋਂ ਏਅਰਪੋਰਟ ਸ਼ੁਰੂ ਨਹੀਂ ਸੀ। ਹਲਕਾ ਕਹਿੰਦਾ ਕਿਹੜਾ ਦੂਜਾ ਆਦਮਪੁਰ ਜਲੰਧਰ 'ਚ ਪੈਂਦਾ, ਆਦਮਪੁਰ ਜਲੰਧਰ 'ਚ ਪੈਂਦਾ, ਹੁਸ਼ਿਆਰਪੁਰ ਦੇ ਲੋਕ ਵੀ ਆਦਮਪੁਰ ਤੋਂ 20 ਕਿਲੋਮੀਟਰ ਹੁਸ਼ਿਆਰਪੁਰ ਆ। ਸੋਮ ਪ੍ਰਕਾਸ਼ ਜੀ ਨੇ ਸ਼ੁਰੂ ਕੀਤਾ, ਸੋਮ ਪ੍ਰਕਾਸ਼ ਜੀ ਨੇ ਮੂਰਤ ਕੀਤਾ, ਵਿਜੇ ਸਾਂਪਲਾ ਜੀ ਨੇ ਹੁਣ ਸ਼ੁਰੂ ਕੀਤਾ, ਵਿਜੇ ਸਾਂਪਲਾ ਬੀਜੇਪੀ ਦੇ ਐਮ ਪੀ ਇੱਕ ਜਨਰਲ ਮੈਨ ਨੂੰ ਆਮ ਪਬਲਿਕ ਨੂੰ ਏਅਰਪੋਰਟ ਨਾਲ ਕੀ ਮਤਲਬ ਆ, ਜਿਹੜੀਆਂ ਸਹੂਲਤਾਂ ਇੱਕ ਆਮ ਬੰਦਾ ਨੂੰ ਕੀ ਮਤਲਬ ਆ ਏਅਰਪੋਰਟ ਨਾਲ, ਤੁਸੀਂ ਆਮ ਬੰਦੇ ਕਾਂਗਰਸ ਦੇ ਸਾਥੀ ਚਾਹੁੰਦੇ ਆ ਵੀ ਏਅਰਪੋਰਟ ਨਾਲ ਕੀ ਮਤਲਬ ਆ, ਇਹਨਾਂ ਦੀ ਸੋਚ ਕੀ ਵੀ ਹਾਲੇ ਗੱਡਿਆਂ ਦੇ ਜਾਈ ਪੁਰਾਣੇ ਸਾਥੀਆਂ ਜਾਂਦੇ ਪੁਰਾਣੇ ਸਾਥੀਆਂ ਤੋਂ ਪੁੱਛ ਲੈਂਦੇ ਆ, ਉੱਧਰ ਅਕਾਲੀ ਦਲ ਹੈ ਤਾਂ ਅਕਾਲੀ ਦਲ ਤੋਂ ਕੀ ਕਹੋਗੇ ਜੀ? ਮੈਂ ਦੱਸਦਾ ਜੀ, ਇੱਕ ਮਿੰਟ ਸਰ, ਪਹਿਲੀ ਗੱਲ ਤਾਂ ਇੱਕ ਫੈਕਟ ਇਹਨਾਂ ਦਾ ਬੀਜੇਪੀ ਦਾ ਕਲੀਅਰ ਕਰ ਦਈਏ, ਜਿਹੜਾ ਉਹ ਏਅਰਪੋਰਟ ਆ ਉਹਨੂੰ ਬਣਾਉਣ ਦੇ ਵਿੱਚ ਸਾਰਿਆਂ ਤੋਂ ਵੱਧ ਯੋਗਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਰਿਹਾ, ਉਹ ਗੱਲ ਇਹਨਾਂ ਨੂੰ ਵੀ ਪਤਾ ਆ। ਦੂਸਰੀ ਗੱਲ, ਇਹਨਾਂ ਨੇ ਜਿਹੜਾ ਸਮਾਨ ਗਣਾਇਆ ਨਾ ਰੇਲਵੇ ਸਟੇਸ਼ਨ, ਇਹਨਾਂ ਨੇ ਏਅਰਪੋਰਟ, ਇੱਕ ਚੀਜ਼ ਇੱਕ ਅੱਖਰ ਵਰਤਣਾ ਭੁੱਲ ਗਏ। ਪੁਰਾਣੇ ਸਾਥੀ ਰਹੇ ਨੇ ਹੁਣ ਖਿਲਾਫ ਹੋ ਗਏ, ਅਸੀਂ ਜਿਹਨਾਂ ਦੇ ਖਿਲਾਫ ਸੀ ਸਰ, ਜੇ ਸੋਮ ਪ੍ਰਕਾਸ਼ ਜੀ ਲੋਕਾਂ 'ਚ ਨਹੀਂ ਆਏ ਤੇ ਉਹ ਫੈਕਟ ਆ, ਉਹ ਸੱਚ ਰਹਿਣਾ ਆ, ਇਹਨੂੰ ਝੂਠ ਥੋੜੀ ਕਰ ਲਓਗੇ ਤੁਸੀਂ, ਉਹ ਨਹੀਂ ਲੋਕਾਂ ਦੇ ਵਿੱਚ ਆਏ। ਉਹਨਾਂ ਨੇ ਇਹ ਸਮਾਨ ਜਿਹੜਾ ਗਣਾਇਆ ਨਾ ਏਅਰਪੋਰਟ ਰੇਲਵੇ ਸਟੇਸ਼ਨ, ਉਹ ਬੀਜੇਪੀ ਨੇ ਨੈਸ਼ਨਲ ਲੈਵਲ ਤੇ ਵੀ ਕਿਤੇ ਨਹੀਂ ਬਣਾਏ, ਜਿਹੜੇ ਬਣਿਓ ਸੀ ਉਹ ਵੇਚੇ ਆ, ਬਸ ਉਹ ਵੇਚੇ ਆ। ਇਹ ਕਹਿੰਦੇ ਜੀ ਸਾਰਾ ਕੁਝ ਵੇਚਿਆ, ਅਕਾਲੀ ਪੁਰਾਣੇ ਸਾਥੀ ਰਹੇ ਨੇ ਬੀਜੇਪੀ ਵਾਲਿਆਂ ਦੇ, ਕਹਿੰਦੇ ਸਭ ਕੁਝ ਵੇਚਤਾ ਇਹਨਾਂ ਨੇ। ਬਿਲਕੁਲ ਸਹੀ ਕਹਿ ਰਹੇ ਨੇ, ਇਸ ਚੀਜ਼ ਨਾਲ ਮੈਂ ਸਹਿਮਤ ਹਾਂ। ਮੈਂ ਇੱਕ ਬੀਜੇਪੀ ਵਾਲਿਆਂ ਨੂੰ ਹੋਰ ਵੀ ਸਵਾਲ ਕਹਿਣਾ ਚਾਹੂੰਗੀ। ਸਭ ਤੋਂ ਪਹਿਲਾਂ ਜਿਹੜੀ ਬੀਜੇਪੀ ਦੀ ਪੰਜਾਬ ਬਾਡੀ ਆ, ਮੇਰਾ ਇੱਕ ਸਵਾਲ ਆ ਉਹਨਾਂ ਨੂੰ ਕਿ ਫਸਟਲੀ ਯੂ ਡਿਸਾਈਡ ਕਿ ਤੁਸੀਂ ਪੰਜਾਬ ਦੇ ਨਾਲ ਹੋ ਕਿ ਨਹੀਂ, ਕਿਉਂਕਿ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮੋਦੀ ਸਰਕਾਰ ਨੇ ਹਜ਼ਾਰਾਂ ਕਰੋੜ ਦਾ ਜਿਹੜਾ ਫੰਡ ਆ ਪੰਜਾਬ ਦੀ ਡਿਵੈਲਪਮੈਂਟ ਦਾ ਉਹ ਰੋਕ ਰੱਖਿਆ। ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾਂ ਜਿਹੜੇ ਬੀਜੇਪੀ ਦੇ ਸਾਡੇ ਸਾਥੀ ਖੜ੍ਹੇ ਆ, ਇਹ ਡਿਸਾਈਡ ਕਰਕੇ ਦੱਸਣ ਕਿ ਇਹ ਪੰਜਾਬ ਹਿਤੈਸ਼ੀ, ਅਗਰ ਇਹ ਪੰਜਾਬ ਹਿਤੈਸ਼ੀ ਆ ਤਾਂ ਤੁਸੀਂ ਡਿਮਾਂਡ ਕਰੋ, ਅਗਰ ਇੱਥੇ ਬੀਜੇਪੀ ਦੀ ਸਰਕਾਰ ਹੁੰਦੀ ਤਾਂ ਕੀ ਉਹ ਫੰਡ ਜਿਹੜਾ ਜਾਰੀ ਨਹੀਂ ਕੀਤਾ ਜਾਂਦਾ, ਮੇਰਾ ਸਵਾਲ ਹੈ। ਤੁਸੀਂ ਇਹਨਾਂ ਨੂੰ ਇਹ ਪੁੱਛੋ ਕਿ ਮਾਨਯੋਗ ਸੋਮ ਪ੍ਰਕਾਸ਼ ਜੀ ਪਹਿਲਾਂ ਤਾਂ ਕਰੋਨਾ ਕਾਲ 'ਚ ਕਿੱਥੇ ਸੀਗੇ, ਦੂਸਰੀ ਗੱਲ ਇਹ ਪੁੱਛੋ ਕਿ ਉਹਨਾਂ ਨੇ ਆਪਣੇ 5 ਸਾਲ ਦੇ ਵਿੱਚ ਆਪਣਾ ਜਿਹੜਾ ਐਮ ਪੀ ਲੈਂਡ ਫੰਡ ਹੁੰਦਾ ਉਹ ਪੂਰਾ ਯੂਜ਼ ਕੀਤਾ, ਕਿੰਨੇ ਕਰੋੜ ਉਹਨਾਂ ਨੇ ਵਾਪਸ ਕੀਤਾ? ਇਹਦਾ ਮਤਲਬ ਆ ਕਿ ਉਹ ਲੋਕਾਂ ਨੂੰ ਸਿਰਫ ਮੂਰਖ ਬਣਾਉਣ ਲਈ ਆਪਣੀ ਰਾਜਸ਼ਾਹੀ ਦੇ ਵਿੱਚ ਘੁੰਮਦੇ ਰਹੇ ਆ, ਲੋਕਾਂ ਦੇ ਦੁੱਖ ਦਰਦ 'ਚ ਨਹੀਂ ਸ਼ਾਮਲ। ਲੈ ਲੈਂਦੇ ਹਾਂ ਤਾਂ ਉੱਤਰ ਮੰਗਦੇ ਨੇ ਜੀ, ਆਮ ਆਦਮੀ ਪਾਰਟੀ ਵਾਲੇ ਤੁਹਾਡੇ ਕੋਲ ਵੀ ਆਉਂਦੇ ਆ, ਕਹਿੰਦੇ ਕਰੋਨਾ ਦੇ ਵਿੱਚ ਕਿੱਥੇ ਰਹੇ ਹੋ, ਆਰ ਡੀ ਜਿਹੜਾ ਫੰਡ ਆ ਉਹ ਕਿਉਂ ਰੋਕਿਆ ਹੋਇਆ? ਕਰੋਨਾ ਦੇ ਵਿੱਚ ਵੀ ਉਹਨਾਂ ਨੇ ਬਹੁਤ ਕੰਮ ਕੀਤਾ, ਜਿਹੜਾ ਫੰਡ ਰੋਕਿਆ ਉਹ ਆਮ ਆਦਮੀ ਪਾਰਟੀ ਦੀਆਂ ਗਲਤੀਆਂ ਕਰਕੇ ਰੋਕਿਆ। ਇਹਨਾਂ ਨੇ ਕਾਗਜ਼ੀ ਪੱਤਰ ਪੂਰੇ ਕਰਕੇ ਨਹੀਂ ਦਿੰਦੇ ਫੰਡ ਨਹੀਂ ਆਉਂਦਾ, ਪਹਿਲੀ ਗੱਲ। ਦੂਜੀ ਗੱਲ, ਇਹਨਾਂ ਨੂੰ ਪੁੱਛੋ ਇਹ ਜਿਹੜੇ ਬਹਿਸ ਕਰਦੇ ਬੀਜੇਪੀ ਵਾਲਿਆਂ ਨੂੰ, ਇਹਨਾਂ ਕੋਲ ਤਾਂ ਕੈਂਡੀਡੇਟ ਹੈ ਨਹੀਂ, ਕੈਂਡੀਡੇਟ ਇਹਨਾਂ ਨੇ ਚੱਕ ਕੇ ਲੈ ਗਏ, ਉਹ ਕੈਂਡੀਡੇਟ ਇਹਨਾਂ ਨੇ ਚੱਕ ਕੇ, ਕੈਂਡੀਡੇਟ ਹੀ ਹੈ ਨਹੀਂ ਉਹਨਾਂ ਕੋਲ, ਤੁਹਾਡੇ ਕੈਂਡੀਡੇਟ। ਮੇਰਾ ਸਵਾਲ ਇੱਕ ਹੋਰ, ਦੇਖੋ ਇੱਕ ਸਵਾਲ ਬੀਜੇਪੀ ਨੂੰ ਕਿ ਇਹਨਾਂ ਦਾ ਮੰਤਰੀ ਇਹ ਸੱਚਾਈ ਹੈ 9.5 ਕਰੋੜ ਰੁਪਈਆ ਵਾਪਸ ਕਰ ਦਿੱਤਾ ਹੁਸ਼ਿਆਰਪੁਰ ਡਿਵੈਲਪਮੈਂਟ ਲਗਾਉਣ, ਇੱਕ ਮੇਰਾ ਸਵਾਲ ਆਮ ਆਦਮੀ ਪਾਰਟੀ ਨੂੰ ਇਹ ਵੀ ਦੱਸਣ, ਉਂਗਲੀਆਂ ਤਾਂ ਸਾਰੇ ਤੇ ਚੰਮ, ਦੇਖੋ ਅੱਜ ਸਰਕਾਰ 'ਚ ਮੌਜੂਦ ਨੇ, ਅੱਜ 2 ਸਾਲਾਂ ਦੇ ਵਿੱਚ ਸਾਡੇ ਹੁਸ਼ਿਆਰਪੁਰ ਲਈ ਕੀ ਦੇਣ? ਇਹ ਕਹਿੰਦੇ ਤੁਹਾਡੀ ਕੀ ਦੇਣ ਹੈ ਜੀ, ਕਹਿੰਦੇ ਤੁਹਾਡੀ ਕੀ ਦੇਣ ਹੈ?
ਸਾਡੀ ਦੇਣ ਪੰਜਾਬ ਨੂੰ ਇਹ ਆ ਕਿ 2 ਸਾਲਾਂ ਦੇ ਵਿੱਚ ਪੰਜਾਬ ਦੀ ਜਨਤਾ ਦੇ ਚਿਹਰੇ 'ਤੇ ਅਸੀਂ ਖੁਸ਼ਹਾਲੀ ਲੈ ਕੇ ਆਉਂਦੀ। ਪੰਜਾਬ 'ਚ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਕਰ ਦਿਖਾਇਆ ਅੱਜ ਤੱਕ ਇਹਨਾਂ ਦੀਆਂ ਸਰਕਾਰਾਂ ਨਹੀਂ ਕਰਕੇ ਦਿਖਾ ਸਕੀਆਂ, ਇਹ ਦੁਹਾਈਆਂ ਦਿੰਦੇ ਨੇ 2 ਸਾਲਾਂ ਦੇ ਵਿੱਚ। ਅਰੇ 2 ਸਾਲਾਂ 'ਚ ਜਿਹੜਾ ਅਸੀਂ ਕਰ ਲਿਆ, ਕਹਿੰਦੇ 2 ਸਾਲਾਂ 'ਚ ਜਿਹੜਾ ਕੁਛ ਕਰ ਲਿਆ ਸੀ ਨੇ ਤੁਸੀਂ ਕਰ ਨਹੀਂ। ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਨਾ ਪਹਿਲਾਂ ਤਾਂ ਗੱਲ ਇਹਨਾਂ ਕੋਲ ਆਪਣੇ ਕੈਂਡੀਡੇਟ ਹੋਣੇ ਸੀ, ਕੈਂਡੀਡੇਟ ਦੂਜੀਆਂ ਪਾਰਟੀਆਂ। ਦੂਜੀ ਗੱਲ ਮੇਰੀ ਸੰਦੀਪ ਭਾਈ ਨੂੰ ਓਪਨ ਚੈਨਲ ਦੇ ਹੁਸ਼ਿਆਰਪੁਰ 'ਚ ਦੱਸੋ 2 ਸਾਲ 'ਚ ਕੀ ਕੀਤਾ ਤੁਸੀਂ? ਇਹ ਕਹਿੰਦੇ ਕੈਂਡੀਡੇਟ ਸਾਡੇ ਵੱਟ ਲਏ, ਕਹਿੰਦੇ ਕੈਂਡੀਡੇਟ ਹੁਸ਼ਿਆਰਪੁਰ ਦੇ ਨਾਲ ਪੂਰੇ ਪੰਜਾਬ ਦੀ ਗੱਲ ਕਰਦਾ ਕਿ 800 ਲੱਖ ਇਹਨਾਂ ਨੂੰ ਪੁੱਛੋ ਜਿਹੜਾ ਇਹਨਾਂ ਦੇ ਮੰਤਰੀ ਇਹਨਾਂ ਦਾ ਇੰਡਸਟਰੀ ਮੰਤਰੀ ਸੀਗਾ, ਜਿਹੜਾ ਇਹਨਾਂ ਇੰਡਸਟਰੀ ਮੰਤਰੀ ਸੀਗਾ, ਉਹਨੇ ਅੱਜ ਤੱਕ ਹੁਸ਼ਿਆਰਪੁਰ 'ਚ ਇੰਡਸਟਰੀ 'ਚ ਕੀ ਲਿਆਂਦੀ? ਉਹਨੇ ਲੋਕਾਂ ਦਾ ਪੈਸਾ ਖਾਧਾ ਕਰੋਨਾ ਕਾਲ ਦੇ ਵਿੱਚ, ਉਹਨਾਂ ਦੇ ਜਿਹੜੇ ਆਂਡਾ ਆਇਆ ਸੀਗਾ, ਜਿਹੜੇ ਉਹਨੇ ਕਰੋਨਾ ਕਾਲ ਦੇ ਵਿੱਚ ਉਹਨਾਂ ਜਿਹੜੀ ਸਮੱਗਰੀ ਆਈ। ਇਸੇ ਗੱਲ ਦਾ ਉਹਨਾਂ ਨੂੰ ਤਾਂ ਇਸੇ ਗੱਲ ਦਾ ਦੁੱਖ ਆ, ਉਹ ਕਹਿੰਦੇ ਬੰਦੇ ਸਾਡੇ ਪੱਟੀ ਜਾਂਦੇ ਹੋ, ਉਹ ਬੰਦੇ ਕੀ ਪੱਟੇ ਸਾਡੇ, ਸੱਚੇ ਬੰਦੇ ਉਹੀ ਹੱਲਦੇ ਪਏ, ਜੇ ਝੂਠੇ ਬੰਦੇ ਆ ਪਾਰਟੀ ਦੂਜੀ ਜੇ ਜਾਂਦੇ। ਸੱਚੇ ਬੰਦੇ ਸਾਡੇ 'ਚ ਆਉਂਦੇ ਨੇ, ਇਹ ਕਹਿੰਦੇ ਸੱਚੇ ਬੰਦੇ ਸਾਡੇ 'ਚ ਆਉਂਦੇ। ਇਹ ਵਿਚਾਰੇ ਦਰੀਆਂ ਵਿਛਾਉਣ ਵਾਲੇ ਆ, ਕੈਂਡੀਡੇਟ MP ਦੀਆਂ ਤੇ MA ਦੀਆਂ ਇਲੈਕਸ਼ਨਾਂ ਅਸੀਂ ਲੜਾਂਗੇ, ਇਹ ਦਰੀਆਂ ਵਿਛਾਉਣ ਵਾਲੇ ਆ। ਕਾਂਗਰਸ ਵਾਲੇ ਕਹਿੰਦੇ ਉਹ ਦਰੀਆਂ ਵਿਛਾਉਣ ਵਾਲੇ ਨੇ, ਤੁਸੀਂ ਮੇਰਾ ਇੱਕ ਇਹਨਾਂ ਨੂੰ, ਇਹ ਮੇਰਾ ਇੱਕ ਇਹਨਾਂ ਨੂੰ ਹੋਰ ਕੁਐਸਚਨ ਆ, ਮੇਰਾ ਇਹਨਾਂ ਨੇ ਦੋਨਾਂ ਨੂੰ ਕੁਐਸਚਨ ਆ, ਇੱਕ ਮਿੰਟ ਇੱਕ ਕੁਐਸਚਨ ਆ ਇਹਨਾਂ ਨੂੰ, ਮੈਨੂੰ ਪੁੱਛੋ ਬਈ ਚੰਡੀਗੜ੍ਹ ਦੇ ਵਿੱਚ ਤਾਂ ਇਕੱਠੇ ਲੜਦੇ ਆ, ਦਿੱਲੀ ਦੇ ਵਿੱਚ ਇਕੱਠੇ ਲੜਦੇ ਆ, ਤੇ ਚੰਡੀਗੜ੍ਹ ਤੋਂ ਉਤਰ ਕੇ ਜਦੋਂ ਮੁਹਾਲੀ ਆਉਂਦੇ ਆ ਤਾਂ ਉਦੋਂ ਕਹਿੰਦੇ ਅਸੀਂ ਅਲੱਗ ਅਲੱਗ, ਇਹਨਾਂ ਨੂੰ ਪੁੱਛ ਲਓ ਇਕੱਠੇ ਆ। ਕਹਿੰਦੇ ਇਕੱਠੇ ਲੜਦੇ ਹੋ, ਆਪ ਤੋਂ ਲਾ ਲੈਂਦੇ ਆ, ਇਹ ਕਹਿੰਦੇ ਇਕੱਠੇ ਲੜਦੇ ਹੋ, ਚੰਡੀਗੜ੍ਹ 'ਚ ਇਕੱਠੇ ਹੋ, ਰਾਜਧਾਨੀ 'ਚ ਇਕੱਠੇ ਹੋ, ਪਰ ਪੰਜਾਬ 'ਚ ਅਲੱਗ ਅਲੱਗ ਹੋ ਗਏ। ਦੇਖੋ ਸਭ ਤੋਂ ਪਹਿਲਾਂ ਪੋਲੀਟੀਕਲ, ਜਦੋਂ ਗੱਲ ਦੇਸ਼ ਦੀ ਹੋਵੇ, ਸੰਵਿਧਾਨ ਦੀ ਹੋਵੇ, ਤਾਂ ਬਹੁਤ ਸਾਰੇ ਫੈਸਲੇ ਪੋਲੀਟੀਕਲ ਪਾਰਟੀਆਂ ਜੁਆਇੰਟਲੀ ਵੀ ਲੈਂਦੀਆਂ ਨੇ। ਮੈਂ ਗੱਲ ਕਰ ਰਹੀ ਸੀ, ਮੇਰੇ ਇੱਕ ਸਾਥੀ ਨੇ ਨਾ ਸਵਾਲ ਕੀਤਾ ਸੀ BJP ਵਾਲਿਆਂ ਨੇ ਕਿ ਕੈਂਡੀਡੇਟ ਨਹੀਂ ਆ। ਮੈਂ ਮਾਫੀ ਚਾਹੂੰਗੀ, ਸਾਡੇ ਲਈ ਪੂਰਾ ਪੰਜਾਬ ਦੇ ਜਿੰਨੇ ਵੀ ਲੋਕ ਆ ਜਿਹੜੇ ਦੇਸ਼ ਸੇਵਾ ਕਰਨਾ ਚਾਹੁੰਦੇ ਆ, ਜਿਹੜੇ ਸੂਬੇ ਦੀ ਸੇਵਾ ਕਰਨਾ ਚਾਹੁੰਦੇ, ਉਹ ਹਰ ਬੰਦਾ ਸਾਡਾ ਕੈਂਡੀਡੇਟ ਆ। ਸੁਣੋ, ਨੋ ਵੈਰੀ ਇੰਪੋਰਟੈਂਟ, ਵੈਰੀ ਕਰਨੀ ਚਾਹੁੰਦਾ ਸਰ ਇਹ ਆ ਕਿ ਹੁਣੇ ਮੈਂ ਥੋੜੀ ਦੇਰ ਪਹਿਲਾਂ ਨਾ ਇੱਕ ਪੋਸਟ ਦੇਖਦਾ ਸੀ ਵੀ ਚੰਡੀਗੜ੍ਹ ਦਾ ਮੇਅਰ ਕਾਂਗਰਸ ਦੀਆਂ ਵੋਟਾਂ ਮੰਗਣ ਲਈ ਆਮ ਆਦਮੀ ਦਾ ਮੇਅਰ ਘੁੰਮ ਰਿਹਾ। ਮੈਂ ਇੱਥੇ ਇੱਕ ਗੱਲ ਛੋਟੀ ਜਿਹੀ ਕਰਨੀ ਚਾਹੁੰਦਾ, 2 ਬੰਦੇ ਨਾ ਇੱਕ ਵਾਰੀ ਟ੍ਰੇਨ 'ਚ ਜਾਂਦੇ ਸੀ, ਉਹ ਬੰਦੇ ਨੇ ਕੀ ਕੀਤਾ, ਥੱਲੇ ਵਾਲੇ ਬੰਦੇ ਨੇ ਨਾ ਉੱਪਰ ਵਾਲੇ ਨੂੰ ਪੁੱਛਿਆ, ਕਹਿੰਦਾ ਤੂੰ ਕਿੱਥੋਂ ਆਇਆ? ਕਹਿੰਦਾ ਦਿੱਲੀਓਂ। ਕਹਿੰਦਾ ਕਿਹੜੇ ਮੁਹੱਲਿਓਂ? ਕਹਿੰਦਾ ਅਸ਼ੋਕ ਵਿਹਾਰੋਂ। ਕਹਿੰਦਾ ਘਰ? ਕਹਿੰਦਾ 10 ਨੰਬਰ। ਕਿੱਥੇ ਚੱਲਾਂ? ਕਹਿੰਦਾ ਕਹਿੰਦਾ ਮੈਂ ਚੱਲਿਆ ਅੰਮ੍ਰਿਤਸਰ। ਕਿੱਥੇ? ਕਹਿੰਦਾ ਕਹਿੰਦਾ ਪਾਪੜ ਵਾਲੀ ਗਲੀ। ਕਹਿੰਦਾ ਅੱਛਾ। ਮੁੜ ਕੇ ਥੱਲੇ ਵਾਲੇ ਨੇ ਪੁੱਛਿਆ ਕਹਿੰਦਾ ਪਤਾ ਨਹੀਂ ਕੀ ਬੋਲ, ਕੋਈ ਨਹੀਂ ਹੁਣੇ ਪਤਾ ਲੱਗੂਗਾ। ਮੁੜ ਕੇ ਥੱਲੇ ਵਾਲੇ ਨੇ ਪੁੱਛਿਆ ਉੱਪਰ ਵਾਲੇ ਨੂੰ, ਉਹਨੇ ਵੀ ਸੇਮ ਕਹਿਤਾ। ਉਹ ਕਹਿੰਦਾ ਵਿੱਚ ਕੋਈ ਤੁਹਾਡੇ ਵਰਗਾ ਬੰਦਾ ਸੀ? ਉਹ ਕਹਿੰਦਾ ਤੂੰ ਕੀ ਕਰਦਾ? ਕਹਿੰਦਾ ਅਸੀਂ ਤਾਂ ਦੋਨੋਂ ਭਰਾ ਆ, ਅਸੀਂ ਭਰਾ ਆ, ਅਸੀਂ ਤਾਂ ਟਾਈਮ ਟਪਾਉਣੇ ਪਏ, ਇਹ ਦੋਨੋਂ ਭਰਾ ਆ, ਇਹ ਲੱਗੇ ਉਹ ਟਾਈਮ ਟਪਾਉਣ, ਇਹਨਾਂ ਨੂੰ ਇਕੱਠਿਆਂ ਤੋਂ ਡਿਬੇਟ। ਦੋਵੇਂ ਭਰਾਓ ਤੁਸੀਂ, ਦੋਵੇਂ ਭਰਾਓ ਕਹਿੰਦੇ ਟਾਈਮ ਟਪਾਉਣ। ਪੰਜਾਬ ਦੀ ਕੁਰਬਾਨੀ ਤੇ ਅਕਾਲੀ ਅਸਲੀ ਉਹ ਸੀ, ਇਹ ਬਾਦਲ ਦਲੀਏ ਆ, ਇਹ ਬਾਦਲ ਦਲ ਦੇ ਲੋਕ ਨੇ। ਇਹਨਾਂ ਦਾ ਹਾਲ ਉਹ ਆ ਕਿ ਸ਼ਰਮਾ ਦੀ ਡਾਲ ਡੁੱਲੀ ਅਸੀਂ ਡੋਲ ਡੋਲ ਖਾਂਦੇ ਆ ਅੱਜ ਪੰਜਾਬ ਦੇ ਹਾਲਾਤ। ਅਕਾਲੀ ਨਹੀਂ ਤੁਸੀਂ, ਇਹ ਕਹਿੰਦੇ ਬਾਦਲ ਦਲੀਓ, ਸ਼ਰਮਾ ਦੀ ਡਾਲ। ਇਹਨਾਂ ਦਾ ਕੈਂਡੀਡੇਟ ਪੁੱਛੋ ਜਿਹੜਾ ਡਾਕਟਰ ਰਾਜਕੁਮਾਰ ਮਹੀਨਾ ਪਹਿਲਾਂ ਇਹਨਾਂ ਦੇ ਹਲਕਾ ਇੰਚਾਰਜ ਨੇ ਉਹਦੇ ਖਿਲਾਫ ਦਰਖਾਸਤ ਦਿੱਤੀ ਸੀ ਵੀ ਇਹਨੇ ਚੋਰੀ ਕੀਤੀ ਲੋਕਾਂ ਦੇ ਪੈਸੇ ਦੀ, ਅੱਜ ਇਹਨਾਂ ਦਾ ਹਲਕਾ ਇੰਚਾਰਜ ਕਿੱਥੇ ਜਿਹਨੇ ਦਰਖਾਸਤ ਦਿੱਤੀ ਸੀ ਉਹਦੇ ਖਿਲਾਫ? ਪਵਨ ਕੁਮਾਰ ਟੀਨੂ ਜੀ, ਉਹਨਾਂ ਦੀ ਵੀ ਦਾਲ ਡੁੱਲੀ ਹੋਈ ਸੀ, ਉਹਨੂੰ ਕਾਹਨੂੰ ਲੈ? ਕਹਿੰਦੇ ਪਵਨ ਕੁਮਾਰ ਟੀਨੂ ਨੂੰ ਕਾਹਤੋਂ ਲੈ ਲਿਆ, ਉਹਨਾਂ ਦੀ ਦਾਲ ਡੁੱਲੀ? ਤੁਹਾਡੇ ਲੋਕ ਰਹਿਣਾ ਨਹੀਂ ਚਾਹੁੰਦੇ, ਤੁਹਾਡੇ ਅਜੇ ਹਾਲਾਤ ਹੋ ਗਏ ਨੇ। ਇਹ ਅਕਾਲੀ ਦਲ ਜਿਹਨੇ ਗਦਰ ਲਹਿਤ ਵਿੱਚ ਯੋਗਦਾਨ ਪਾਇਆ, ਇਹ ਅਕਾਲੀ ਦਲ
ਕਲਚਰ ਸੀਗਾ ਜਿਹਨੇ ਪੰਜਾਬ ਨੂੰ ਲਿਹਾਜ਼ ਲੈ ਕੇ ਆਉਂਦਾ, ਪਰ ਅੱਜ ਉਹ ਕਲਚਰ ਬਣਾ ਤਾ ਤੁਸੀਂ, ਬਾਦਲ ਦੀ ਕੰਪਨੀ ਬਣਾ ਸੁੱਟੀ ਤੁਸੀਂ, ਅੱਜ ਕਲਚਰ ਖਤਮ ਕਰ ਸੁੱਟਿਆ ਤੁਸੀਂ, ਕਹਿੰਦੇ ਅਕਾਲੀ ਦਲ ਬਾਦਲ ਕੰਪਨੀ ਬਣਾ ਤਾ। ਇੱਕ ਹੋਰ ਗੱਲ ਵਿੱਚ ਐਡ ਕਰ ਦਿਓ, ਅਕਾਲੀ ਦਲ ਕੋਈ ਬਾਦਲ ਕੰਪਨੀ ਨਹੀਂ, ਅਕਾਲੀ ਦਲ ਪੰਜਾਬ ਦੀ ਪਾਰਟੀ ਸੀਗੀ, ਪੰਜਾਬੀਆਂ ਦੀ ਪਾਰਟੀ ਆ, ਸਾਡੀ ਪਾਰਟੀ ਆ। ਇਹਨਾਂ ਨੂੰ ਇੰਨੀ ਗੱਲ ਦੱਸ ਦਿਓ, ਇਹਨਾਂ ਨੇ ਜਿੰਨੇ ਬੰਦੇ ਅੱਜ MLA ਬਣੇ ਹੋ ਨਾ, ਵਿੱਚੋਂ 12 ਯੂਥ ਨੇ ਪ੍ਰਧਾਨ ਅਕਾਲੀ ਦਲ ਦੇ ਰਹੇ, ਇਹ ਦਾਲ ਦੁਲੀਓ ਦਾਲ ਇਹ ਕੰਮ ਪੁੱਛ ਲੈਂਦੇ ਆ। ਤਾਂ ਹਾਂਜੀ ਬਾਈ ਜੀ, ਤੁਸੀਂ ਦੱਸੋ ਜੀ। ਬੜਾ ਟੈਕਨੀਕਲ ਭਾਜੀ, ਸੁਣ ਲਓ, ਉਹ ਖੀਖੀ ਕਰਕੇ ਕੰਮ ਨਹੀਂ ਬਣਨਾ, ਉਹ ਖੀਖੀ ਕਰਕੇ ਗੱਲ ਨਹੀਂ ਬਣਨੀ। ਗੱਲ ਸੁਣੋ, ਤੁਹਾਡਾ ਸਿਟਿੰਗ MLA ਕੁੰਵਰ ਵਿਜੇ ਪ੍ਰਤਾਪ ਕਹਿੰਦਾ ਵੀ ਸਰਕਾਰ ਨਸ਼ਾ ਫੇਲ ਕਰਨ ਦੇ ਵਿੱਚ, ਨਸ਼ੇ ਦੀ ਸਪਲਾਈ ਤੋੜਨ ਦੇ ਵਿੱਚ ਫੇਲ ਹੈ। ਤੁਹਾਡਾ MLA ਕਹਿ ਰਿਹਾ, ਮੈਨੂੰ ਦੱਸੋ ਕੀ ਕਰ ਰਹੀ ਹੋ, ਕੀ ਕਰ ਰਹੀ ਹੋ? ਦੇਖੋ ਗੱਲ ਇਸ ਤਰ੍ਹਾਂ ਆ, ਦੇਸ਼ ਦਾ ਮਸਲਾ ਛੱਡ ਦਿਓ, ਤੁਸੀਂ ਹੁਸ਼ਿਆਰਪੁਰ ਕੌਂਸੀਜੈਂਸੀ ਦਾ ਦੱਸੋ ਕਿ ਹੁਸ਼ਿਆਰਪੁਰ ਕੌਂਸੀਜੈਂਸੀ 'ਚ ਕੀ ਕੀਤਾ ਅਤੇ ਕੀ ਕਰਨ ਜਾ ਰਹੇ ਆ। ਅੱਜ ਤਾਈਂ ਕੀ ਕੀਤਾ, ਜਿਹੜਾ ਪਹਿਲਾਂ ਸੋਮ ਪ੍ਰਕਾਸ਼ MP ਸੀਗਾ ਉਹ ਬਦਲਿਆ ਗਿਆ, ਉਹਨੂੰ ਕਿਉਂ ਬਦਲਿਆ ਗਿਆ? ਇਸੇ ਕਰਕੇ ਗਿਆ, ਉਹ ਵਿਦਰੋਹ ਸੀਗਾ, ਪਾਰਟੀ ਵਿੱਚ ਵੀ ਉਹਦਾ ਵਿਦਰੋਹ ਸੀ, ਪਬਲਿਕ 'ਚ ਵੀ ਵਿਦਰੋਹ ਸੀ, ਉਹਨੇ ਕੁਛ ਨਹੀਂ ਕੀਤਾ ਹੁਸ਼ਿਆਰਪੁਰ ਦੇ ਵਿੱਚ, ਹੁਸ਼ਿਆਰਪੁਰ 'ਚ ਕੋਈ ਕੰਮ ਨਹੀਂ ਕੀਤਾ। ਤਾਂ ਉੱਤਰ ਲੈ ਲਈਏ, ਉੱਤਰ ਲੈ ਲਈਏ ਜੀ ਇਹਨਾਂ ਦੇ ਸਵਾਲਾਂ ਦਾ ਉੱਤਰ। ਮੈਂ ਇੱਕ ਚੀਜ਼ ਸਵਾਲ ਪੁੱਛਣਾ ਚਾਹੂੰਗੀ, ਇਹ ਕੈਂਡੀਡੇਟ ਦੀ ਗੱਲ ਕਰ ਰਹੇ ਹਾਂ, ਅਸੀਂ ਤਾਂ ਹਰ ਆਮ ਪਬਲਿਕ ਨੂੰ, ਚੰਗੇ ਉਮੀਦਵਾਰਾਂ ਨੂੰ ਮੌਕਾ ਦੇ ਰਹੇ ਹਾਂ। ਸੋਮ ਪ੍ਰਕਾਸ਼ ਜੀ ਨੇ ਆਪਣੀ ਪਤਨੀ ਨੂੰ ਲਾਂਚ ਕਰਤਾ, ਤੁਸੀਂ ਪਰਿਵਾਰਵਾਦ ਨੂੰ ਜਿਹੜਾ ਪ੍ਰਮੋਟ ਕਰ ਰਹੇ ਹਾਂ। ਤੁਸੀਂ, ਤੁਹਾਡੇ ਕੋਲ ਕੈਂਡੀਡੇਟ ਨਹੀਂ, ਸੋਮ ਪ੍ਰਕਾਸ਼ ਨਹੀਂ ਲੜ ਸਕਦੇ। ਉਹਨਾਂ ਲੈ ਲੈਂਦੇ ਹਾਂ, ਉੱਤਰ ਲੈ ਲੈਂਦੇ ਹਾਂ ਜੀ, ਉਹਨਾਂ ਦਾ ਉੱਤਰ ਲੈ, ਪਰਿਵਾਰਵਾਦ ਦਾ ਜਵਾਬ ਲੈ ਲਓ। ਤੁਹਾਡਾ ਸਿਟਿੰਗ ਕੈਬਨਿਟ ਮਿਨਿਸਟਰ ਖੁੱਡੀਆਂ ਸਾਹਿਬ ਦੇ ਬੇਟੇ ਨੇ ਇੱਕ ਸਪੈਸ਼ਲ ਪੋਸਟ ਬਣਾਈ ਗਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲਈ, ਨਾ ਉਹਦੀ ਕੋਈ ਐਡ ਹੋਈ, ਨਾ ਉਹਦੀ ਕੋਈ ਐਡਵਰਟਾਈਜ਼ਮੈਂਟ ਹੋਈ, ਡਾਇਰੈਕਟ ਭਰਤੀ ਆ। ਪਰਿਵਾਰਵਾਰ ਕਿੱਥੇ ਆ, ਆ ਕਿੱਥੇ ਗਿਆ ਜੀ? ਕਹਿੰਦੇ ਪ੍ਰਾਈਵੇਟ। ਲੌਜਿਕਲੈਸ, ਵੈਰੀ ਲੌਜਿਕਲੈਸ। ਆਮ ਆਦਮੀ ਪਾਰਟੀ ਦੇ ਵਿੱਚ ਅਗਰ ਤੁਸੀਂ ਦੇਖੋਗੇ, ਮੈਂ ਜਵਾਬ ਦਿੰਦੀ ਹਾਂ, ਲੈਟ ਇਟ ਬੀ ਕੰਪਲੀਟ ਫਸਟ, ਨਾ ਲੈਟ ਇਟ ਬੀ ਕੰਪਲੀਟ, ਲਿਸਨ, ਲੈਟ ਇਟ ਲੈਣਾ ਜਵਾਬ ਲੈ। ਸਭ ਤੋਂ ਪਹਿਲਾਂ ਬੜੀਆਂ, ਮੈਨੂੰ ਹੈਰਾਨੀ, ਪਤਾ ਕੀ ਹੋ ਰਹੀ ਆ, ਬੜੀਆਂ ਲੌਜਿਕਲੈਸ ਔਰ ਬੇਤੁਕੇ ਜਿਹੜੇ ਆ ਉਹ ਕੁਐਸਚਨਸ ਅਰਾਈਜ਼ ਕਰ ਰਹੇ ਆ, ਆਪੇ ਹੀ ਉਹਨਾਂ ਦੇ ਆਂਸਰ ਦੇ ਰਹੇ ਆ। ਲਿਸਨ ਲਿਸਨ, ਸਭ ਤੋਂ ਪਹਿਲੀ ਗੱਲ ਆ, ਆਮ ਆਦਮੀ ਪਾਰਟੀ ਇੱਕ ਪਹਿਲੀ ਪਾਰਟੀ ਆ ਜਿਹਦੇ ਵਿੱਚ ਜਿੰਨੀਆਂ ਵੀ ਪੋਸਟਾਂ ਪੁਜੀਸ਼ਨਾਂ ਉਹ ਆਮ ਵਲੰਟੀਅਰਸ ਨੂੰ ਦਿੱਤੀਆਂ ਜਾਂਦੀਆਂ, ਇਹਦੇ 'ਚ ਪਰਿਵਾਰਵਾਦ ਨੂੰ ਪ੍ਰਮੋਟ ਕਦੇ ਵੀ ਨਹੀਂ ਕੀਤਾ ਜਾਂਦਾ। ਇੱਧਰ ਲੈ ਲਈਏ, ਇੱਧਰ ਲੈ ਲਈਏ ਕਮੈਂਟ, ਕਹਿੰਦੇ ਸੋਮ ਪ੍ਰਕਾਸ਼ ਜੀ ਦੀ ਪਤਨੀ ਨੂੰ ਉਤਾਰਤਾ, ਕਹਿੰਦੇ ਪਰਿਵਾਰਵਾਦ ਨੂੰ ਵਧਾਵਾ ਦੇ ਰਹੇ ਹੋ ਤੁਸੀਂ। ਇੱਕ ਮਿੰਟ ਚੁੱਪ ਕਰਾ, ਪਹਿਲਾਂ ਚੁੱਪ ਕਰਾ। ਮੇਰੀ ਇਹਨਾਂ ਨੂੰ ਰਿਕੁਐਸਟ ਆ, ਇਹ ਕਹਿੰਦੇ ਸੋਮ ਪ੍ਰਕਾਸ਼ ਦੀ ਪਤਨੀ ਨੂੰ ਟਿਕਟ ਦੇ ਦਿੱਤੀ, ਇਹਨਾਂ ਨੂੰ ਤਕਲੀਫ ਬੜੀ ਆ ਵੀ ਇੱਕ ਮਹਿਲਾ ਨੂੰ ਟਿਕਟ ਕਿਉਂ ਦੇ ਦਿੱਤੀ ਬਈ, ਇਹਨਾਂ ਨੇ ਤਾਂ ਕਿਸੇ ਮਹਿਲਾ ਨੂੰ ਟਿਕਟ ਨਹੀਂ ਦਿੱਤੀ, ਅਸੀਂ ਮਹਿਲਾ ਨੂੰ ਟਿਕਟ ਦਿੱਤੀ ਪਰਿਵਾਰ ਦੇ ਵਿੱਚੋਂ ਹੀ ਕਿਉਂ ਆ ਰਹੇ ਹੋ? ਅਸੀਂ BJP ਵਰਕਰ ਨੂੰ ਟਿਕਟ ਦਿੱਤੀ, ਬਾਹਰੋਂ ਚੱਕ ਦੇ ਕਿਸੇ ਨੂੰ ਟਿਕਟ ਦਿੱਤੀ, ਇਹਨਾਂ ਦਾ ਬਾਹਰੋਂ ਚੱਕ ਟਿਕਟ ਦੇ ਦਿੱਤੀ, ਇਹਨਾਂ ਕੋਲ ਬੰਦਾ ਹੀ ਕੋਈ ਨਹੀਂ ਹੈਗਾ, ਇਹਨਾਂ ਕੋਲ ਬੰਦਾ ਹੀ ਕੋਈ ਨਹੀਂ, ਇਸ ਤਾਂ ਆਪਣੇ। ਹਾਂਜੀ ਹਾਂਜੀ, ਤੁਸੀਂ ਮੈਂ ਇਹਨਾਂ BJP ਨਾਲ ਸਹਿਮਤ ਹਾਂ, ਇਹ ਆਮ ਆਦਮੀ ਪਾਰਟੀ ਦੇਖੋ ਮਹਿਲਾਵਾਂ ਨੂੰ ਇਹਨਾਂ ਨੇ ਪਿੱਛੇ ਰੱਖਿਆ, 13 ਸੀਟਾਂ 'ਚ ਇੱਕ ਵੀ ਸੀਟ ਕਿਸੇ ਲੇਡੀ ਨੂੰ ਨਹੀਂ ਦਿੱਤੀ। ਸਪਰਸਨ ਮਹਿਲਾ ਭੇਜਤੀ ਉਹਨਾਂ, ਇੱਕ ਵੀ ਸੀਟ ਕਿਸੇ ਨਵੇਂ ਬੰਦੇ ਨੂੰ, 4% ਭੇਜੀ, ਪਰ ਕੈਂਡੀਡੇਟ ਕਿਉਂ ਨਹੀਂ ਦਿੱਤਾ? ਕੈਂਡੀਡੇਟ ਕਿਉਂ ਨਹੀਂ ਦਿੱਤਾ ਇਹਨਾਂ ਨੂੰ? ਆਮ ਆਦਮੀ ਪਾਰਟੀ, ਇਹ ਕਹਿੰਦੇ ਆਮ ਆਦਮੀ ਪਾਰਟੀ ਨੇ ਕਿਸੇ ਮਹਿਲਾ ਨੂੰ ਟਿਕਟ ਕਿਉਂ ਨਹੀਂ ਦਿੱਤੀ? ਮੈਨੂੰ ਅਗਰ ਇਹਨਾਂ ਦਾ ਡਾਊਟ ਇਹ ਆ ਕਿ ਆਮ ਆਦਮੀ ਪਾਰਟੀ ਮਹਿਲਾਵਾਂ ਨੂੰ ਪ੍ਰਮੋਟ ਨਹੀਂ ਕਰਦੀ, ਤਾਂ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਆ, ਮੈਂ ਜ਼ਿਲ੍ਹੇ ਦੀ ਪ੍ਰਧਾਨ ਹਾਂ, ਮੈਂ ਚੇਅਰਮੈਨ ਹਾਂ, ਔਰ ਸਾਡੀ ਪਾਰਟੀ 'ਚ ਬਹੁਤ ਸਾਰੀਆਂ ਮਹਿਲਾਵਾਂ ਉੱਚ ਅਹੁਦਿਆਂ 'ਤੇ ਕੰਮ ਕਰਦੀਆਂ, ਆ ਸਾਰੀ ਸਟੇਟ ਟੀਮ ਦੀਆਂ, ਸਾਰੀ ਸਟੇਟ ਟੀਮ ਦੀਆਂ ਸਾਡੀਆਂ ਭੈਣਾਂ। ਆਮ ਆਦਮੀ ਪਾਰਟੀ ਨੇ ਸਾਨੂੰ ਭੇਜਤਾ, ਤੁਹਾਡੇ 'ਚ ਕੋਈ ਮਹਿਲਾ ਨਹੀਂ ਦੇਖ ਰਹੀ? ਦੇਖੋ ਮੇਰੀ ਗੱਲ ਸੁਣੋ, ਗੱਲ ਸੁਣੋ, ਗੱਲ ਸੁਣ ਲਓ, ਗੱਲ ਸੁਣ ਲਓ, ਸਾਡੀਆਂ
ਸਾਡੀਆਂ ਬੀਬੀਆਂ ਇਲੈਕਸ਼ਨ ਲੜ ਰਹੀਆਂ ਆ, ਤੁਹਾਡੇ ਵਾਂਗੂ ਲੜਨ ਨਹੀਂ ਆਈਆਂ ਬੀਬੀਆਂ, ਲੜਨ ਨਹੀਂ ਆਈਆਂ, ਸਾਡੀਆਂ ਬੀਬੀਆਂ ਇਲੈਕਸ਼ਨ ਲੜ ਰਹੀਆਂ। ਇਹ ਕਹਿੰਦੇ ਸਾਡੀਆਂ ਬੀਬੀਆਂ ਇਲੈਕਸ਼ਨ ਲੜ ਰਹੀਆਂ ਨੇ, ਤੁਹਾਡੇ ਮੈਂ ਲੜ ਨਹੀਂ ਆਈਆਂ ਤੁਹਾਡੇ ਤੇ। ਕੌਣ? ਇਹ ਕਹਿੰਦੇ ਸਾਡੀਆਂ ਬੀਬੀਆਂ ਇਲੈਕਸ਼ਨ ਲੜ ਰਹੀਆਂ ਨੇ, ਤੁਸੀਂ ਇੱਥੇ ਲੜ ਰਹੇ ਹੋ ਸਾਡੇ ਨਾਲ? ਸਾਡੇ ਸੁਣ ਲਓ, ਆਨਸਰ ਲੈ ਲਓ, ਸੁਣੋ, ਇਹਨਾਂ ਵਿਚਾਰਿਆਂ ਕੋਲ ਟੀਮ ਹੀ ਹੈ ਨਹੀਂ, ਅਸੀਂ ਜੇ 10 ਲੇਡੀ ਇੱਥੇ ਆਈਆਂ ਤਾਂ 100 ਲੇਡੀ ਸਾਡੀ ਫੀਲਡ 'ਚ ਕੰਮ ਕਰਦੀ ਪਈ ਆ, ਇਹਨਾਂ ਕੋਲ ਵਿਚਾਰਿਆਂ ਕੋਲ ਲੇਡੀਜ਼ ਹੈ ਹੀ ਨਹੀਂ। ਇੱਧਰ ਕਾਲੀ ਗੱਲ ਤੋਂ ਲੈ ਲਈਏ, ਤੁਹਾਡੇ ਕੋਲ ਇਹ ਕਹਿੰਦੇ ਆਮ ਆਦਮੀ ਪਾਰਟੀ ਲੇਡੀਜ਼ ਨੂੰ ਅੱਗੇ ਲੈ ਕੇ ਆਉਂਦੀ ਆ, ਤੁਹਾਡੇ 'ਚ ਕੋਈ ਬਹੁਤ ਸੈਂਸਿਟਿਵ ਕੁਐਸਚਨ ਆ, ਸੈਂਸਿਟਿਵ ਕੁਐਸਚਨ ਆ, ਇਹਨਾਂ ਨੂੰ ਕੋਈ ਮੇਦਾ ਰੱਖ, ਓਏ ਸੁਣ ਤਾਂ ਲਓ ਇੱਕ ਮਿੰਟ, ਬਹੁਤ ਸੈਂਸਿਟਿਵ ਕੁਐਸਚਨ ਆ ਜੀ। ਸ਼ੁਰੂ ਤੋਂ ਪੰਜਾਬ ਦਾ ਚੰਡੀਗੜ੍ਹ ਨੂੰ ਲੈ ਕੇ ਇੱਕ ਡਿਸਪਿਊਟ ਚੱਲਦਾ ਰਿਹਾ, ਸਾਡੀ ਪਾਰਟੀ ਦਾ ਨਾਰਾ ਵੀ ਚੱਲਿਆ, ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਹੁਣ ਇਹ ਦੋਨੋਂ ਜਾਣੇ ਕਾਂਗਰਸ ਤੇ ਆਮ ਆਦਮੀ ਪਾਰਟੀ ਉੱਥੇ ਸਾਂਝੇ ਉਮੀਦਵਾਰ ਬਣ ਕੇ ਲੜ ਰਹੇ, ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਇਹਨਾਂ ਦਾ ਚੰਡੀਗੜ੍ਹ ਨੂੰ ਲੈ ਕੇ ਕੀ ਸਟੈਂਡ ਆ? ਕਹਿੰਦੇ ਚੰਡੀਗੜ੍ਹ ਨੂੰ ਲੈ ਕੇ ਕੀ ਸਟੈਂਡ ਆ, ਤੁਹਾਡਾ ਚੰਡੀਗੜ੍ਹ ਨੂੰ ਲੈ ਕੇ ਕੀ ਸਟੈਂਡ ਆ? ਦੋਵੇਂ ਪਾਰਟੀਆਂ ਨੂੰ ਅਕਾਲੀ ਦਲ ਪੁੱਛ ਲਿਆ, ਕਹਿੰਦੇ ਚੰਡੀਗੜ੍ਹ ਨੂੰ ਲੈ ਕੇ ਕੀ ਸਟੈਂਡ? ਇਹਨਾਂ ਦਾ ਹਾਲ ਚੰਡੀਗੜ੍ਹ ਪੰਜਾਬ ਦਾ, ਸਾਡਾ ਆਮ ਆਦਮੀ ਪਾਰਟੀ ਦਾ ਪੂਰਾ ਸਟੈਂਡ ਆ, ਇਹਨਾਂ ਦਾ ਅਕਾਲੀ ਦਲ ਦਾ ਹਾਲ ਉਹ ਆ ਕਿ ਖਾਣ ਪੀਣ ਨੂੰ ਭਾਗ ਭਰੀ ਧੌਣ ਪਰਾਉਣ ਨੂੰ ਜੁੰਮਾ, ਕਹਿੰਦੇ ਲੈਣਾ ਕਾ ਦੇਣਾ ਕੀ ਆ, ਕਿ ਜਦੋਂ ਸੱਤਾ 'ਚ ਸੀਗੇ ਮਾਲ ਪੱਤਾ ਖਾਣਾ ਸੀਗਾ, ਉਹਦਾ ਸਾਰੇ ਮੁੱਦੇ ਬੰਦ ਬੱਸੇ 'ਚ ਸੀਗੇ, ਜਦੋਂ ਸੱਤਾ ਤੋਂ ਬਾਹਰ ਆ ਗਏ ਇਹਨਾਂ ਨੂੰ ਪੰਜਾਬ ਦਾ ਚੇਤਾ ਗਿਆ, ਕਹਿੰਦੇ ਸੱਤਾ ਤੋਂ ਬਾਹਰ ਆ ਕੇ ਤੁਹਾਨੂੰ ਚੇਤਾ ਆ ਜਾਂਦਾ ਸਾਰੇ ਮੁੱਦਿਆਂ ਦਾ, ਸੱਤਾ 'ਚੋਂ ਬਾਹਰ ਜਾ ਕੇ ਸਾਨੂੰ ਚੇਤਾ ਨਹੀਂ ਆਉਂਦਾ, ਪਰ ਮੈਂ ਇਹਨਾਂ ਨੂੰ ਤੋਂ ਇਹਨਾਂ ਨੇ ਜੋ ਪੰਜਾਬ ਨੂੰ ਮੈਡਮ ਨੇ ਪਿੱਛੋਂ ਬੋਲਿਆ ਜੀ, ਸਾਨੂੰ 3 ਸਾਲ ਹੀ ਹੋਏ, ਮੈਂ 2 ਸਾਲਾਂ ਨੇ ਇਹਨਾਂ ਦੇ ਕੰਮ ਥੋੜ੍ਹੇ ਜਿਹੇ ਤੁਹਾਨੂੰ ਦੱਸ ਦਿੰਦਾ, 45,000 ਕਰੋੜ ਰੁਪਏ ਦਾ ਨਵਾਂ ਕਰਜ਼ਾ, ਡੱਬਾ 1 ਲੈ ਕੇ 2 ਬ੍ਰਸ਼ ਲੈ ਕੇ, ਡੱਬਾ ਬਲਸ਼ ਲੈ ਕੇ ਰੰਗ ਕਰਕੇ ਆਮ ਆਦਮੀ ਪਾਰਟੀ ਕਲੀਨਿਕ ਵਿੱਚ ਸਾਂਝ ਕੇਂਦਰ ਬਣਾਤੇ, ਕਹਿੰਦੇ ਸਾਂਝੇ ਕੇਂਦਰ ਦਾ ਕਰਜ਼ਾ 3,00,000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਛੱਡ ਕੇ ਗਏ ਆ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ 2 ਸਾਲਾਂ 'ਚ ਪੰਜਾਬ ਦਾ ਰੈਵਨਿਊ ਵਧਾ ਰਹੀ ਆ, ਔਰ ਰੈਵਨਿਊ ਵਧਾ ਕੇ ਪੰਜਾਬ ਦਾ ਕਰਜ਼ਾ ਵੀ ਲਾਵਾਂਗੇ, ਪੰਜਾਬ ਦੀ ਕਰਜ਼ੇ ਦੀ ਗੱਲ, ਲੋਕਾਂ ਨੂੰ ਬਿੱਲ ਬਿੱਲ ਫ੍ਰੀ ਆਉਂਦਾ ਪਿਆ, ਨਵਾਂ ਥਰਮਲ ਪਲਾਂਟ ਲੈ ਲਿਆ ਵਾ, ਕਿੰਨੇ ਲੋਕਾਂ ਨੂੰ ਸਹਾਇਤਾ ਦਿੱਤੀ ਹੈਗੀ ਆ ਡਾਕਟਰ ਸਾਹਿਬ, ਸਾਰੀਆਂ ਮੋਟਰਾਂ ਫ੍ਰੀ ਸੀਗੀਆਂ ਸਾਡੇ ਰਾਜ 'ਚ, ਸਾਰੀਆਂ ਮੋਟਰਾਂ ਸਾਰੀ ਫ੍ਰੀ ਦਿੱਤੀ ਆ, ਸਾਰੀ ਸਹੂਲਤਾਂ ਫ੍ਰੀ ਦਿੱਤੀ ਆ ਸਰਕਾਰ ਨੂੰ, ਔਰ ਮਾਨ ਸਾਹਿਬ ਦੀ ਇੱਕ ਸਰਕਾਰ ਦੀ ਮਾਨ ਸਾਹਿਬ ਸਰਕਾਰ ਦੀ ਖਾਸੀਅਤ ਆ ਕਿ ਮਾਨ ਸਾਹਿਬ ਨੇ ਜਿੰਨੇ ਬਜਟ ਪੇਸ਼ ਕੀਤੇ 2000 ਤੱਕ ਉਹ ਵਾਧੇ ਨੇ ਪੇਸ਼ ਕੀਤੇ, ਕਦੀ ਘਾਟੇ ਦਾ ਪੇਸ਼ ਨਹੀਂ ਕੀਤਾ, ਇਹਦੇ ਵਿੱਚ ਬੋਲੋ ਤਾਂ ਹਾਂਜੀ ਤੁਸੀਂ ਕੀ ਕਹੋਗੇ? ਅਕਾਲੀ ਦਲ ਕਹਿੰਦਾ ਪੰਜਾਬ ਨੂੰ ਲੈ, ਪੰਜਾਬ ਤੇ ਸਟੈਂਡ ਕੀ ਆ, ਚੰਡੀਗੜ੍ਹ ਤੇ ਸਟੈਂਡ ਕੀ ਆ ਤੁਹਾਡਾ? ਕਹਿੰਦੇ ਦੋਵੇਂ ਪਾਰਟੀਆਂ ਇਕੱਠੀਆਂ ਲੜ ਰਹੇ ਹੋ, ਅਕਾਲੀ ਦਲ ਕਹਿੰਦਾ ਰਿਹਾ ਵੀ ਚੰਡੀਗੜ੍ਹ ਪੰਜਾਬ ਦਾ, ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਦਾ ਹੈ ਔਰ ਪੰਜਾਬ ਦਾ ਹੀ ਰਹੇਗਾ। ਦੇਖੋ ਮੇਰੀ ਬੇਨਤੀ ਸੁਣੋ, ਭਗਵੰਤ ਮਾਨ ਸਾਹਿਬ ਮੇਰੀ ਬੇਨਤੀ ਸੁਣੋ, ਜਦੋਂ ਵੀ ਉਹ ਯਾਰ ਤੁਸੀਂ ਤਾਂ ਤੁਸੀਂ ਮੇਰੀ ਗੱਲ ਸੁਣੋ, 2019 ਤੋਂ ਪਹਿਲਾਂ ਤੁਸੀਂ ਇੰਡੀਪੈਂਡੈਂਟ ਹੋਏ, ਤੁਸੀਂ 2019 ਤੋਂ ਪਹਿਲਾਂ ਕਿੱਥੇ ਸੀਗੇ? 2019 ਤੋਂ ਪਹਿਲਾਂ ਕਿੱਥੇ ਸੀਗੇ? ਕੰਗ ਸਾਹਿਬ ਨੂੰ ਪੁੱਛ ਲਓ, ਚੰਡੀਗੜ੍ਹ ਦੇ ਮਸਲੇ ਤੇ ਕੀ ਆ ਤੁਹਾਡਾ ਸਟੈਂਡ? ਚੰਡੀਗੜ੍ਹ ਦੇ ਚੰਡੀਗੜ੍ਹ ਪੰਜਾਬ ਦਾ ਸੀ, ਚੰਡੀਗੜ੍ਹ ਪੰਜਾਬ ਦਾ ਹੈ ਔਰ ਚੰਡੀਗੜ੍ਹ ਪੰਜਾਬ ਦਾ ਰਹੇਗਾ। ਬੀਜੇਪੀ ਦਾ ਪੁੱਛ ਲੈਂਦੇ ਆ, ਚੰਡੀਗੜ੍ਹ ਦਾ ਮੁੱਦਾ ਚੱਕਿਆ ਸਾਰੀਆਂ ਪਾਰਟੀਆਂ ਨੇ, ਅਕਾਲੀ ਦਲ ਕਹਿੰਦਾ ਵੀ ਚੰਡੀਗੜ੍ਹ ਪੰਜਾਬ ਦਾ ਅਸੀਂ ਨਾਰਾ ਦਿੱਤਾ ਹੋਇਆ ਸੀਗਾ, ਤਾਂ ਬੀਜੇਪੀ ਦਾ ਚੰਡੀਗੜ੍ਹ ਨੂੰ ਲੈ ਕੇ ਕੀ ਸਟੈਂਡ? ਚੰਡੀਗੜ੍ਹ ਪੰਜਾਬ ਦਾ ਹੀ ਆ, ਚੰਡੀਗੜ੍ਹ ਪੰਜਾਬ ਦਾ ਹੀ ਆ। ਬੀਜੇਪੀ ਸੈਂਟਰ ਦੇ ਵਿੱਚ 10 ਸਾਲ ਤੁਹਾਡੀ ਸਰਕਾਰ ਰਹੀ ਆ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਕਿਉਂ ਨਹੀਂ ਗਿਆ? ਚੰਡੀਗੜ੍ਹ ਪੰਜਾਬ ਦਾ ਹੀ ਆ, ਸਰਕਾਰ ਬਣੂਗੀ ਉਹਦੇ ਬਾਰੇ ਵੀ ਵਿਚਾਰ ਕਰ ਲਿੱਤਾ ਜਾਊਗਾ। ਮੇਰਾ ਆਮ ਆਦਮੀ ਪਾਰਟੀ ਦੇ, ਹੈਲੋ ਮੇਰੀ ਗੱਲ ਸੁਣ ਲਓ, ਇੱਕ ਮਿੰਟ ਜੀ, ਪਲੀਜ਼ ਸਾਰੇ ਗੱਲ ਸੁਣ ਲਿਓ, ਹਾਂਜੀ ਇੱਕ ਮਿੰਟ, ਮੇਰੀ ਹੈਲੋ ਇੱਕ ਮਿੰਟ ਗੱਲ ਸੁਣ ਲਿਓ, ਇਹਨਾਂ ਦਾ ਸਵਾਲ ਮੇਰੀ ਆਮ ਆਦਮੀ ਪਾਰਟੀ ਦੇ ਸਾਰੇ ਮੇਰੇ ਭੈਣ ਜੀ ਆ, ਸੰਦੀਪ ਜੀ ਆ, ਸਭ ਨੂੰ ਰਿਕੁਐਸਟ ਆ ਕਿ ਇਹ ਜਿੰਨਾ ਰੌਲਾ ਇੱਥੇ ਪਾ ਰਹੇ ਨਾ,
ਇਹ ਸਾਰੇ ਜਿਹੜੇ ਇਕੱਠੇ ਜਾ ਕੇ ਇੱਕ ਮਿੰਟ ਇਹ ਇਕੱਠੇ ਹੋ ਗਏ ਨਾ ਸਾਰੇ ਦਿੱਲੀ ਜਾ ਕੇ ਧਰਨਾ ਦੇਣ, ਕੇਜਰੀਵਾਲ ਨੂੰ ਛੁਡਾਉਣ ਦੀ ਜ਼ਮਾਨਤ ਕਰਾਉਣ, ਇੱਥੇ ਨਾ ਰੌਲਾ ਪਾਉਣ, ਪਹਿਲਾਂ ਉਹਨੂੰ ਬਚਾ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਗੁਨਾਹਗਾਰ ਜਿਹਨੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਕੀਤਾ ਉਹਨੂੰ ਛੁਡਾਉਣ ਜਾ ਕੇ ਉਹਨੂੰ। ਸਰ ਇੱਕ ਆਮ ਪਾਰਟੀ ਨੇ ਕਿਹਾ ਸੀਗਾ, ਇੱਕ ਆਮ ਪਾਰਟੀ ਨੇ ਚੈਲੇਂਜ ਕੀਤਾ ਸੀਗਾ, ਅਸੀਂ ਨਸ਼ਾ ਮੁਕਤ ਕਰਾਵਾਂਗੇ, ਉਹ ਗੁੰਡਾਗਰਦੀ ਸ਼ਹਿਰ 'ਚ ਹਟਾਵਾਂਗੇ। ਅੱਜ ਦੱਸੋ ਗੁੰਡਾਗਰਦੀ ਘਰ ਘਰ ਨਸ਼ਾ ਵਿਕਦਾ ਕਿ ਨਹੀਂ ਵਿਕਦਾ? ਸਹੀ ਹੈ। ਇਹ ਕਹਿੰਦੇ ਬੀਜੇਪੀ ਨੇ ਮੁੱਦਾ ਚੁੱਕਿਆ, ਕਹਿੰਦੇ ਨਸ਼ੇ ਦਾ, ਤੁਸੀਂ ਕਿਹਾ ਸੀਗਾ ਵੀ ਨਸ਼ਾ ਅਸੀਂ ਖਤਮ ਕਰਾਂਗੇ ਪਰ ਘਰ ਘਰ 'ਚ ਨਸ਼ਾ ਵਿਕਦਾ ਹੁਣ। ਭਾਈ ਸਾਹਿਬ, ਆਮ ਆਦਮੀ ਪਾਰਟੀ ਇੱਕ ਪਹਿਲੀ ਐਸੀ ਪਾਰਟੀ ਹੈ ਜਿਹਦੇ 'ਚ ਗੈਂਗਸਟਰਾਂ ਦੀਆਂ ਪ੍ਰੋਪਰਟੀਆਂ ਕੁਰਕ ਕੀਤੀਆਂ ਗਈਆਂ, ਜਿਹਦੇ 'ਚ ਗੈਂਗਸਟਰਾਂ ਦੀਆਂ ਪ੍ਰੋਪਰਟੀਆਂ ਕੁਰਕ ਕਰਕੇ ਜਿਹੜਾ ਸਰਕਾਰੀ ਖਜ਼ਾਨਾ ਉਹ ਭਰਿਆ ਗਿਆ। ਸਭ ਤੋਂ ਜ਼ਿਆਦਾ ਪਰਚੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਏ। ਇਹ ਤੁਹਾਡੇ ਤੋਂ ਪੁੱਛ ਰਹੇ ਨੇ, ਪਿੱਛੇ ਵਾਲੇ ਸਾਰੇ ਤੁਹਾਡੇ ਤੋਂ ਪੁੱਛ ਰਹੇ ਨੇ, ਕਹਿੰਦੇ ਨਸ਼ੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵਧੇ। ਭਾਜੀ, ਇਹਨਾਂ ਨੇ ਤਾਂ ਬੋਲਣਾ ਆ, ਹਾਈ ਕੋਰਟ ਬੈਠਾ, ਸੁਪਰੀਮ ਕੋਰਟ ਬੈਠਾ, ਉਹਨਾਂ ਨੇ ਡਿਸਾਈਡ ਕਰਨਾ, ਜੁਡੀਸ਼ਰੀ ਨੇ ਡਿਸਾਈਡ ਕਰਨਾ, ਇਹ ਸਾਹਿਬ ਨੇ ਤਾਂ ਕਰਨਾ, ਜਿਹੜੇ ਪਿੱਛੋਂ ਕਹਿੰਦੇ ਸੀ ਇਹਨਾਂ ਨੂੰ ਪੁੱਛੋ। ਕਹਿੰਦੇ ਜੁਡੀਸ਼ਰੀ ਨੇ ਡਿਸਾਈਡ ਕਰਨਾ, ਤੁਸੀਂ ਡਿਸਾਈਡ ਕਿਉਂ ਕਰ? ਭਾਜੀ, ਬੱਚਾ ਕਹਿੰਦਾ ਚਿੱਟਾ ਲਿਆ ਕੋਲ, ਅਕਾਲੀ ਦਲ ਮਜੀਠੀ ਆ, ਅਕਾਲੀ ਦਲ ਦੀ ਸਰਕਾਰ। ਬੱਚਾ ਕਹਿੰਦਾ ਚਿੱਟਾ ਕਦੋਂ ਆਇਆ? ਭਾਜੀ ਬਦਲਣਾ, ਇੱਧਰ ਸੁਣੋ, ਕੋਰਟ ਹੈਗਾ ਆਪਦਾ ਕੰਮ ਕਰਨ ਨੂੰ, ਇਹਨਾਂ ਨੇ ਕੱਖ ਨਹੀਂ ਕਰਨਾ, ਇਹਨਾਂ ਨੇ ਰੌਲਾ ਹੀ ਪਾਉਣਾ ਬਸ। ਕਹਿੰਦੇ ਕੱਖ ਨਹੀਂ ਕਰਨਾ। ਬਾਦਲ ਸਾਹਿਬ ਵੀ ਜਿਹੜੇ ਘਰ ਬੈਠੇ ਨੇ ਇਸ ਵੇਲੇ, ਵੱਡੇ ਬਾਦਲ ਸਾਹਿਬ ਵੀ ਹਰ ਗਏ ਸੀਗੇ, ਉਹ ਨਸ਼ਿਆਂ ਦੇ ਕਰਕੇ ਹਰੇ ਆ। ਨਸ਼ਿਆਂ ਕਰਕੇ ਹਾਰੇ ਹੋ ਤੁਸੀਂ, ਨਸ਼ਿਆਂ ਕਰਕੇ ਬਹੁਤ ਲੇਟ। ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਸਾਰੇ ਧਿਆਨ ਦਾ ਸੁਣਿਓ, ਅਕਾਲੀ ਦਲ ਇੱਧਰ ਖੜਾ, ਅਕਾਲੀ ਮਜੀਠੀਆ ਸਾਹਿਬ ਤੋਂ ਮਾਫੀ ਕਿਉਂ ਮੰਗੀ ਸੀ? ਮੇਰਾ ਸਵਾਲ, ਮਹਿਲਾਵਾਂ ਥੋੜਾ ਪਲੀਜ਼ ਥੋੜਾ ਸਾਇਲੈਂਟ, ਥੋੜਾ ਜਿਹਾ ਪਿੱਛੇ ਹੋ ਜਾਓ ਬਾਈ ਜੀ, ਪਿੱਛੇ ਹੋ ਜਾਓ, ਥੋੜਾ ਜਿਹਾ ਪਿੱਛੇ ਹੋ ਕੇ ਖੜ ਜਾਓ, ਮਾੜਾ ਜਿਹਾ ਹੈਲਦੀ ਹੋ ਜਾਵੇ, ਥੋੜਾ ਜਿਹਾ ਪਿੱਛੇ ਹੋ ਜਾਓ ਬਸ। ਇੱਧਰ ਬੀਜੇਪੀ ਵਾਲਿਆਂ ਨੂੰ ਆ ਜਾਓ ਜੀ, ਇੱਧਰ ਆ ਜਾਓ। ਹਾਂਜੀ, ਮੇਰੀਆਂ ਭੈਣਾਂ ਖੜੀਆਂ ਇੱਧਰ, ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਸਰਕਾਰ ਬਣਾਉਂਦੇ, ਹਜ਼ਾਰ ਰੁਪਏ ਸਾਰੇ ਮਹਿਲਾਵਾਂ ਨੂੰ ਦੇਵਣਗੇ, ਦੱਸੋ ਕਿਹੜੀ ਭੈਣ ਨੂੰ? ਇਹ ਕਹਿੰਦੇ ਜੀ, ਇੱਕ ਮਿੰਟ, ਇਹ ਕਹਿੰਦੇ ਮੇਰੀਆਂ ਭੈਣਾਂ ਖੜੀਆਂ ਨੇ, ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਮੈਨੀਫੈਸਟੋ ਦੇ ਵਿੱਚ, ਕਿਹਾ ਸੀ ਵੀ ਹਜ਼ਾਰ ਰੁਪਇਆ ਮਹਿਲਾਵਾਂ ਨੂੰ ਦੇਵਾਂਗੇ, ਮਿਲਿਆ ਤੁਹਾਨੂੰ? ਸੁਣ ਲਓ, ਮੈਂ ਆਨਸਰ ਦੇਣ ਲੱਗੀ ਹਾਂ। ਸਭ ਤੋਂ ਪਹਿਲਾਂ ਮੈਂ ਸਾਰੇ ਪਾਰਟੀਆਂ ਦੇ ਧਿਆਨ 'ਚ ਲਿਆਉਣਾ ਚਾਹੂੰਗੀ, ਆਮ ਆਦਮੀ ਪਾਰਟੀ ਆ, ਆਮ ਆਦਮੀ ਪਾਰਟੀ ਆ, ਇਹਦੇ 'ਚ ਕੀਤੇ ਹੋਏ ਵਾਅਦੇ 100% ਜਿਹੜੇ ਉਹ ਪੂਰੇ ਹੁੰਦੇ ਆ। ਅਸੀਂ ਜਿੰਨੇ ਵੀ ਹਜੇ ਅਸੀਂ ਸੱਤਾ 'ਚ ਆ, ਸੱਤਾ ਤੋਂ ਬਾਹਰ ਨਹੀਂ ਆ, ਸਾਡਾ ਕਾਰਜਕਾਲ ਹਜੇ ਚੱਲ ਰਿਹਾ, ਪੂਰਾ ਨਹੀਂ ਹੋਇਆ। ਜਿਹੜੇ ਅਸੀਂ ਵਾਅਦੇ ਕੀਤੇ ਸੀ 70% ਵਾਅਦੇ ਅਸੀਂ ਪੂਰੇ ਕਰ ਚੁੱਕੇ ਹਾਂ। ਇਹ ਕਹਿੰਦੇ ਹਲੇ ਅਸੀਂ ਸੱਤਾ 'ਚ ਹੈ, ਉਹ ਕਹਿੰਦੇ 15 ਲੱਖ ਕਿੱਥੇ ਆ, ਜਿਹੜਾ ਮੋਦੀ ਸਾਹਿਬ ਕਹਿੰਦੇ ਸੀ 14 ਦੇ ਵਿੱਚ ਦਾ ਕਿਤੇ ਵੀ ਇਹ ਦਿਖਾਣਗੇ, ਉਹ ਮੋਦੀ ਸਾਹਿਬ ਨੇ ਕਿਹਾ ਸੀ 15 ਲੱਖ ਆਊਗਾ, ਉਹਨਾਂ ਨੇ ਕਿਹਾ ਸੀ ਜਿਹੜਾ ਇਹਨੇ ਕਾਂਗਰਸੀਆਂ ਨੇ ਇਹਨਾਂ ਸਾਰੇ ਭ੍ਰਿਸ਼ਟਾਚਾਰ ਕੀਤਾ, ਉਹ ਲਿਆ ਕੇ ਇੱਕ ਬੰਦੇ ਦੇ ਹਿੱਸੇ ਵੱਡੀ ਅਮਾਊਂਟ ਆਏਗੀ, ਨਾ ਕਿ 15, ਪਰ 1000 ਰੁਪਏ ਦੇ ਨਾਲ ਵਾਅਦਾ ਕੀਤਾ ਸੀ ਦੇਵਾਂਗੇ। ਦੂਜੀ ਗੱਲ, ਪੰਜਾਬ ਦਿੱਲੀ ਦੇ ਅੰਦਰ ਮੁੱਖ ਮੰਤਰੀ ਅੰਦਰ ਜੇਲ੍ਹ 'ਚ ਬੈਠਾ, ਉਹ ਸਰਕਾਰ ਚਲਾ ਰਿਹਾ ਹਾਲੇ ਵੀ, ਤਾਂ ਪੰਜਾਬ ਦੇ ਕਿੰਨਾ ਵਿਤਕਰਾ ਕਰਦੇ, ਇੱਕ ਬੰਦੇ ਦੇ ਐਲੀਗੇਸ਼ਨ ਲਗਾ ਇਹਨਾਂ ਦੇ ਮੰਤਰੀ ਦੇ ਉੱਤੇ, ਉਹਨੂੰ ਉਦੋਂ ਹੀ ਲਾ ਕੇ ਘਰ ਬਣਾ ਦਿੱਤਾ, ਅਤੇ ਦਿੱਲੀ ਵਾਲਾ ਕਿਉਂ ਬੈਠਾ? ਇਹ ਕਹਿੰਦੇ 15 ਲੱਖ
ਲੱਖ ਦਾ, ਇਹ ਕਹਿੰਦੇ 15 ਲੱਖ ਦਾ, ਕੋਈ ਵਾਅਦਾ ਨਹੀਂ ਸੀ ਕੀਤਾ। ਐਂ ਕਿਹਾ ਸੀ ਵੀ ਲੋਕਾਂ ਨੂੰ ਬੜੇ ਪੈਸੇ ਮਿਲ। ਇਹ ਆਪਾਂ ਇੱਕ ਮਿੰਟ ਇੱਦਾਂ ਕਰਦੇ ਹਾਂ, ਅਕਾਲੀ ਦਲ ਵਾਲੀ ਕਹਾਵਤ ਇਹਨਾਂ ਦੇ ਜੋੜ ਦਿੰਦੇ ਹਾਂ ਹੁਣ ਆਪਾਂ ਇੱਕ ਇੱਦਾਂ ਕਰਦੇ ਹਾਂ, ਅਕਾਲੀ ਦਲ ਵਾਲੀ ਕਹਾਵਤ ਜਿਹੜੀ ਮੈਂ ਪਹਿਲਾਂ ਕਹੀ ਸੀ ਇਹਨਾਂ ਦੇ ਜੋੜ ਦਿੰਦੇ, ਮੈਂ ਦੁਹਰਾਉਣੀ ਨਹੀਂ ਆ। ਇਹਨਾਂ ਨੂੰ ਤੁਸੀਂ ਇਹ ਪੁੱਛੋ, ਇਹਨਾਂ ਨੂੰ ਬੀਜੇਪੀ ਆ, ਤੁਸੀਂ ਇਹ ਪੁੱਛੋ ਕਿ ਇਹਨਾਂ ਕੋਲ ਇੱਦਾਂ ਦੀ ਕਿਹੜੀ ਵਾਸ਼ਿੰਗ ਮਸ਼ੀਨ ਆ ਜਿਹੜੇ ਲਿਆ ਕੇ ਵਿੱਚ ਪਾਉਂਦੇ ਆ, ਬੰਦਾ ਦੁੱਧ ਦੁੱਧ ਨਿਕਲ ਜਾਂਦਾ ਵਾ। ਪੁੱਛੋ ਤੁਸੀਂ ਇਹਨਾਂ ਜਿਹੜਾ ਪੁੱਛੋ, ਇੱਕ ਮਿੰਟ ਕਿਤਨਾ ਕਿਤੇ ਥੋੜ੍ਹਾ ਜਿਹਾ ਮਾਹੌਲ। ਹੈਲੋ, ਦੋਨੋਂ ਪਾਰਟੀਆਂ ਇੱਕੋ ਹੀ ਗੱਲ ਹੈ, 15 ਲੱਖ ਇਹਨਾਂ ਦਾ ਮਹਿਲਾਵਾਂ ਆਈਆਂ, ਇਹ ਮਹਿਲਾਵਾਂ ਨੂੰ ਪੁੱਛੋ ਇੱਕ ਕੁਸ਼ਚਨ ਹੈ, 2-2 ਹਜ਼ਾਰ ਰੁਪਏ ਕਿਹਦੇ ਅਕਾਊਂਟ 'ਚ ਆਇਆ ਜਾਂ ਇਹਨਾਂ ਦੀ ਸਰਕਾਰ ਨੇ ਕਿਸ ਮਹਿਲਾ ਨੂੰ 2-2 ਹਜ਼ਾਰ ਰੁਪਈਆ ਦਿੱਤਾ? ਤਾਂ ਬੀਜੇਪੀ ਵਾਲੇ ਕਿੱਥੇ ਨੇ? ਬੀਜੇਪੀ ਵਾਲੇ ਕਿੱਥੇ ਨੇ? ਹਾਂਜੀ, ਉਹ ਤੁਹਾਡੋਂ ਪੁੱਛ ਰਹੇ ਨੇ, ਕਹਿੰਦੇ ਵਾਅਦੇ ਜਿਹੜੇ ਕੀਤੇ ਸੀ ਉਹ ਕਿੱਥੇ ਗਏ ਤੁਹਾਡੇ? 2014 ਦੇ ਵਿੱਚ ਜਦੋਂ ਆਏ ਸੀ ਕਹਿੰਦੇ ਵਾਸ਼ਿੰਗ ਮਸ਼ੀਨ ਆ ਤੁਹਾਡੇ ਕੋਲ, ਜਿਹੜੇ ਆਉਂਦੇ ਨੇ ਤੁਹਾਡੇ ਵਾਸ਼ਿੰਗ ਮਸ਼ੀਨ ਧੋਤੇ ਸਾਡੇ ਕੋਲੋਂ ਬੀਜੇਪੀ ਨੇ ਸਵੇਰੇ ਵਿਜੀਲੈਂਸ ਫੜ ਲੂਗੀ, ਅਗਲੇ ਸ਼ਾਮਲ ਹੋ ਗਏ, ਸਾਰੇ ਖਤਮ ਹੋ ਗਏ ਸਾਰੇ। ਇੱਕ ਹੋਰ ਕੁਐਸਚਨ ਪੁੱਛ ਲਓ ਵੀ ਤੁਸੀਂ ਕਹਿੰਦੇ ਸੀਗੇ, ਇਹਨਾਂ ਨੂੰ ਪੁੱਛੋ, ਇਹ ਕਹਿੰਦੇ ਸੀਗੇ ਵੀ ਕਾਂਗਰਸ ਦਾ ਕੂੜਾ ਅਸੀਂ ਨਹੀਂ ਲੈਣਾ, ਜਿਹੜੇ ਹੁਣ ਕੈਂਡੀਡੇਟ ਲੈ ਕੇ ਗਏ ਆ ਜਾਂ ਜਿਹੜੇ ਜਿੱਤੇ ਆ, ਉਹ ਕੂੜਾ ਆ ਕਿ ਕੈਂਡੀਡੇਟ? ਇਹਨਾਂ ਨੂੰ ਬੀਜੇਪੀ ਤੇ ਕਾਂਗਰਸ ਵਾਲੇ ਦੋਏ ਪੁੱਛਦੇ ਨੇ, ਕਹਿੰਦੇ ਬੀਜੇਪੀ ਵਾਲੇ ਕਹਿੰਦੇ ਸਾਡੇ ਕੋਲ ਤਾਂ ਵਾਸ਼ਿੰਗ ਮਸ਼ੀਨ ਆ, ਕਹਿੰਦੇ ਜਿਹੜੇ ਤੁਸੀਂ ਕਾਂਗਰਸ ਦੇ ਬੰਦੇ ਪੱਟੇ ਨੇ, ਚੱਬੇਵਾਲ ਸਾਹਿਬ ਪੱਟੇ ਨੇ, ਕਹਿੰਦੇ ਪਹਿਲਾਂ ਕਹਿੰਦੇ ਸੀ ਕੂੜਾ ਕਰਕਟ ਆ, ਹੁਣ ਤੁਸੀਂ ਬੰਦੇ ਲੈ ਲਏ? ਬਿਲਕੁਲ ਇਮਾਨਦਾਰ ਆ ਚੱਬੇਵਾਲ ਸਾਹਿਬ, ਚੱਬੇਵਾਲ ਸਾਹਿਬ ਨੇ ਆਪਣੇ ਹਲਕੇ ਵਾਸਤੇ ਸਭ ਕੁਝ ਕੀਤਾ, ਆਪਣੇ ਹਲਕੇ ਦੀ ਬਿਹਤਰੀ ਵਾਸਤੇ ਕੀਤਾ। ਕਹਿੰਦੇ ਇੰਪੋਰਟ ਕੀਤੇ ਹੋਏ ਬੰਦੇ ਨੇ ਤੁਹਾਡੇ ਕੋਲ? ਇਹਨਾਂ ਕੋਲ ਕਿਹੜੇ ਆ? ਸਾਡੇ ਕੋਲ ਸੱਚੇ ਸੁੱਚੇ ਆ, ਇਹਨਾਂ ਕੋਲ ਤਾਂ ਬੇਈਮਾਨ ਗਏ ਆ, ਇਹਨਾਂ ਕੋਲ ਤਾਂ ਗੱਦਾਰ। ਹਾਂਜੀ, ਜਿਹੜੇ ਜਾਣੀ ਕਿਹੜਾ ਕੋਈ ਸਰਕਾਰ ਸੱਚੇ ਸੁੱਚੇ ਆ, ਬਾਕੀ ਪਾਰਟੀਆਂ ਕੋਲ ਕੂੜਾ ਆ। ਬੀਜੇਪੀ ਨੂੰ ਸਵਾਲ ਆ, ਇੱਕ 2000 ਉਹਦੀਆਂ ਵੀਡੀਓ ਹੈ ਪਈਆਂ, ਇਹਨਾਂ ਨੂੰ ਪੁੱਛੋ ਵੀ ਕਿੱਦਾਂ ਦੇ ਬੰਦੇ ਇਹਨਾਂ ਦੀ ਪਾਰਟੀ ਦੇ ਵਿੱਚ ਆ ਭਾਜੀ। ਇੱਕ ਮਿੰਟ ਯਾਰ ਭਾਜੀ ਇੱਕ ਬੀਜੇਪੀ ਨੂੰ ਮੇਰਾ ਸਵਾਲ ਆ, ਬੀਜੇਪੀ ਨੂੰ ਮੇਰਾ ਇੱਕ ਮਿੰਟ ਯਾਰ ਪਵਿੱਤਰ ਭਾਜੀ, ਥੋੜ੍ਹਾ ਜਿਹਾ ਵਿੱਚ ਨੂੰ ਹੋ ਜਾਈਏ, ਥੋੜ੍ਹਾ ਜਿਹਾ ਆ ਜਾਓ ਜੀ, ਆ ਜਾਓ ਥੋੜ੍ਹਾ ਜਿਹਾ ਇੱਧਰ ਨੂੰ ਹੋ ਜਾਓ, ਪਿੱਛੇ ਨੂੰ ਹੋ ਜਾਓ, ਥੋੜ੍ਹਾ ਜਿਹਾ ਪਿੱਛੇ ਨੂੰ ਹੋ ਜਾਈ। ਬੀਜੇਪੀ ਨੂੰ ਸਵਾਲ ਆ, ਸਵਾਲ ਮੇਰਾ ਬੀਜੇਪੀ ਨੂੰ, ਇਹਨਾਂ ਨੇ ਸਭ ਨੂੰ ਸਾਨੂੰ ਪਤਾ ਜਦੋਂ ਕੰਸਾਲੀ ਅੰਦੋਲਨ ਹੋਇਆ ਉਦੋਂ ਇੱਕ ਲਖੀਮਪੁਰ ਖੇੜੀ ਇੰਸੀਡੈਂਟ ਹੋਇਆ ਸੀ, ਹੁਣ ਤਾਂ ਇਹ ਬਾਹਲੇ ਹਿਤੇਸ਼ੀ ਬਣਦੇ ਆ, ਅਸੀਂ ਪੰਜਾਬ ਵੀ ਬਚਾਉਣਾ, ਅਸੀਂ ਦੇਸ਼ ਵੀ ਬਚਾਉਣਾ। ਜਿਹੜੇ ਮੁੰਡੇ ਨੇ ਉੱਥੋਂ ਲਖੀਮਪੁਰ ਖੇੜੀ ਦੇ ਸਿਟਿੰਗ MP ਦੇ ਮੁੰਡੇ ਨੇ ਜਿਹਨੇ ਗੱਡੀਆਂ ਥੱਲੇ ਦੇ ਕੇ 6 ਕਿਸਾਨ ਮਾਰੇ, ਇਹਨਾਂ ਨੇ ਉਹਨੂੰ ਫਿਰ ਦੁਬਾਰਾ ਟਿਕਟ ਦੇ ਕੇ ਉਹਨੂੰ MP ਦਾ ਇਲੈਕਸ਼ਨ ਕੰਟੈਸਟ ਕਰਵਾ ਰਹੇ। ਇਹਨਾਂ ਦਾ ਪਹਿਲਾਂ ਕਿਸਾਨੀ ਦੇ ਸਟੈਂਡ ਪੁੱਛੋ ਕੀ? ਤਾਂ ਕਿਸਾਨੀ ਤੇ ਤੁਹਾਡਾ ਕੀ ਸਟੈਂਡ ਹੈ ਜੀ? ਕਿਸਾਨੀ ਤੇ ਕਹਿੰਦੇ ਲਖੀਮਪੁਰ ਖੇੜੀ ਵਾਲੀ ਜਿਹੜੀ ਘਟਨਾ ਸੀ, ਅਜੇ ਮਿਸ਼ਰਾ ਟੈਣੀ ਸੀ ਜਿਹੜੇ ਉਹਨਾਂ ਨੂੰ ਫੇਰ ਦਿੱਤਾ ਗਿਆ। ਅਕਾਲੀ ਦਲ ਦਾ ਜਿਹੜੇ ਕਾਰਜਕਰਤਾ ਸਾਡੇ ਸਵਾਲ ਪੁੱਛ ਰਿਹਾ ਕਿਸਾਨੀ ਤੇ, ਇਹਨਾਂ ਨੇ ਪੁੱਛੋ ਵੀ ਜਿੱਦਾਂ 3 ਕਾਨੂੰਨ ਪਾਸ ਹੋਏ ਸੀ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਖੜੇ? ਇਹ ਕਹਿੰਦੇ ਜਿੱਦਣ 3 ਕਾਨੂੰਨ ਪਾਸ ਹੋਏ ਸੀ ਉਦੋਂ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਸਾਡੀ ਨਾਲ ਖੜੇ ਸੀ। ਇਤਿਹਾਸਿਕ ਮੰਤਰੀ ਨੇ ਅਸਤੀਫਾ ਦੇ ਕੇ ਇਹਨਾਂ ਨੇ ਗੜ੍ਹ ਚ ਗੂਠਾ ਦਿੱਤਾ, ਉਹ ਵੀ ਬੀਬਾ ਹਰਸਿਮਰਤ ਕੌਰ ਬਾਦਲ। ਉਹ ਕਹਿੰਦੇ ਇੱਕ ਮੰਤਰੀ ਨੇ ਅਸਤੀਫਾ ਦਿੱਤਾ ਜਦੋਂ ਕਾਨੂੰਨ ਪਾਸ ਹੋਏ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਚ ਕਿਹਾ ਕਿ ਬਹੁਤ ਵਧੀਆ 3 ਕਾਨੂੰਨ। ਉਹ ਕਹਿੰਦੇ ਅਸਤੀਫਾ ਇੱਕ ਦਿੱਤਾ ਸਿਰਫ, ਅਸਤੀਫਾ ਅਸਤੀਫਾ ਦੁਆਬੇ ਨਾਲ ਧੱਕਾ ਕਰਦਾ ਰਿਹਾ, ਏਮਸ ਹਸਪੀਟਲ ਸਾਂਪਲਾ ਜਿੱਦਾਂ ਲੈ ਕੇ ਜਾਂਦਾ ਤਲਵਾੜੇ, ਇੱਧਰ ਖਿੱਚ ਕੇ ਲੈ ਕੇ ਬਠਿੰਡੇ, ਤਾਂ ਪੰਜਾਬ ਹੁਸ਼ਿਆਰਪੁਰ ਕਹਿੰਦੇ ਅਕਾਲੀ ਦਲ ਧੱਕਾ ਕਰ। ਮਤਲਬ ਤਾਂ ਇਹ ਹੋਇਆ ਨਾ, ਮਤਲਬ ਤਾਂ ਇਹ ਹੋਇਆ ਕਿ ਸਾਂਪਲਾ ਸਾਹਿਬ ਆਪਣੀ ਜੋਬ ਤੇ ਖੜੇ ਨਹੀਂ ਉਤਰੇ, ਸਿੱਟੀਏ ਇੱਕ ਦੂਜੇ ਤੰਗ
ਕੱਸਦੇ ਅੱਜ? ਮੇਰਾ ਸਵਾਲ ਇਹਨਾਂ ਦੋਨਾਂ ਦੇ ਉੱਤੇ ਆ, ਜਿਹੜਾ ਕਹਿੰਦੇ ਜਿਵੇਂ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਜਿਹੜਾ ਲੈਂਡ ਘੁਟਾਲਾ ਕੀਤਾ ਇਹਨਾਂ ਨੇ, ਜਿਹੜਾ ਜਲੰਧਰ ਤੋਂ ਹੁਸ਼ਿਆਰਪੁਰ ਇਹ ਦੋਨਾਂ ਨੇ ਮਿਲ ਕੇ ਇਹਨਾਂ ਦੇ ਜਿਹੜੇ ਮੋਹਰੇ ਮੋਹਰੇ ਆਗੂ ਸੀਗੇ ਉਹ ਅੱਜ ਜੇਲ੍ਹਾਂ ਦੇ ਕੇਸ ਚੱਲ ਰਹੇ ਆ, ਇਹ ਜਵਾਬ ਦੇਣ ਪਹਿਲਾਂ ਪੈਸਾ ਕਹਿੰਦੇ ਜਵਾਬ ਦਿਓ, ਕਹਿੰਦੇ ਜਵਾਬ ਦਿਓ ਘੁਟਾਲਾ ਬੀਜੇਪੀ ਵਾਲਿਆਂ ਤੋਂ ਪੁੱਛਣਾ ਚਾਹੁੰਦਾ, ਮੈਨੂੰ ਸਿਰਫ ਦੋ ਚੀਜ਼ਾਂ ਦੇ ਉੱਤੇ ਗੱਲ ਕਲੀਅਰ ਕਰ ਦੇਣੇ। ਇੱਕ, ਸਾਡੀਆਂ ਫੀਮੇਲ ਓਲੰਪਿਕ ਜਿਹੜੀਆਂ ਮੈਡਲਿਸਟ ਕੁੜੀਆਂ ਆ ਉਹਨਾਂ ਨਾਲ ਮੋਲੈਸਟੇਸ਼ਨ ਹੋਈ ਆ, ਉਹਦੇ ਦੇਣ ਵਾਲਾ ਕੀ ਸਟੈਂਡ ਆ? ਤੇ 700 ਜਿਹੜਾ ਸਾਡਾ ਕਿਸਾਨ ਮਰਿਆ ਉਹਦੇ ਦੇਣ ਵਾਲਾ ਕੀ ਸਟੈਂਡ ਆ? ਤਾਂ ਹਾਂਜੀ ਹਾਂਜੀ ਇਹਨਾਂ ਤੋਂ ਇੱਕ ਕੁਐਸਚਨ ਕਰਦੇ, ਤਿੰਨਾਂ ਪਾਰਟੀਆਂ ਨੂੰ ਜਵਾਬ ਹੈ, ਕਿਸਾਨਾਂ ਦੇ ਇਹਨਾਂ ਦਾ ਕੀ ਸਟੈਂਡ ਆ ਤਿੰਨਾਂ ਪਾਰਟੀਆਂ ਦਾ? ਤਾਂ ਇਹਨਾਂ ਦਾ ਪੁੱਛ ਲੈਂਦੇ ਆ, ਤਾਂ ਤੁਹਾਡਾ ਕੀ ਸਟੈਂਡ ਆ ਕਿਸਾਨਾਂ ਦੇ ਉੱਪਰ? ਜਿਹੜੀਆਂ ਓਲੰਪੀਅਨ ਕੁੜੀਆਂ ਸੀਗੀਆਂ ਉਹਨਾਂ ਨਾਲ ਧੱਕਾ ਹੋਇਆ, ਉਹਦੇ ਉੱਤੇ ਕੀ ਸਟੈਂਡ ਆ? ਬ੍ਰਿਜ ਭੂਸ਼ਣ ਸਿੰਘ ਨੂੰ ਪਹਿਲਾਂ ਟਿਕਟ ਦਿੱਤੀ ਗਈ, ਹੁਣ ਤੁਸੀਂ ਕੱਟੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸਾਨਾਂ ਦੇ ਖਾਤੇ ਦੇ ਵਿੱਚ ਪਿਛਲੇ 4 ਸਾਲ ਤੋਂ 6000 ਰੁਪਇਆ ਹਰ ਕਿਸਾਨ ਦੇ ਖਾਤੇ 'ਚ ਆ ਰਿਹਾ, ਕਦੀ ਇਹਨਾਂ ਨੇ ਦਿੱਤਾ? ਆ ਰਿਹਾ ਕਿ ਨਹੀਂ ਆ ਰਿਹਾ? ਇਹ ਮਨਾ ਕਰਨ ਨਹੀਂ ਆ ਰਿਹਾ। ਕੁੜੀਆਂ ਦੇ ਕੀ ਸਟੈਂਡ ਓਲੰਪੀਅਨ ਕੁੜੀਆਂ ਨਾਲ ਜਿਨ੍ਹਾਂ ਦਾ ਧੱਕਾ? ਜਿਹੜੀ ਕੁੜੀਆਂ ਉਹ ਕੁਆਲੀਫਾਈ ਨਹੀਂ ਕਰ ਪਾਈਆਂ, ਪਹਿਲੀ ਗੱਲ। ਨੰਬਰ 2, ਜੇ ਬ੍ਰਿਜ ਭੂਸ਼ਣ ਦੇ ਇਲਜ਼ਾਮ ਸੀ ਤੇ ਬ੍ਰਿਜ ਭੂਸ਼ਣ ਦੇ ਉਸ ਮੁੰਡੇ ਦੇ ਤਾਂ ਕੋਈ ਇਲਜ਼ਾਮ ਨਹੀਂ ਹੈਗਾ, ਇਹ ਤਾਂ ਕੋਈ ਮਤਲਬ ਨਹੀਂ ਹੈਗਾ। ਇਹਨਾਂ ਨੇ ਤਾਂ ਜਿਹੜਾ ਬੰਦਾ ਲੈ ਗਿਆ ਉਹ ਤਾਂ ਦੁਨੀਆ ਭਰ ਦੇ ਇਲਜ਼ਾਮ ਅੱਜ ਨੂੰ ਲੈ ਗਿਆ ਰਾਜਕੁਮਾਰ ਨੂੰ, ਇਹਨਾਂ ਨੂੰ ਪੁੱਛੇ ਕਿੱਦਾਂ ਪੁੱਛ ਸਕਦੇ ਆ? ਕਹਿੰਦੇ ਅਸੀਂ ਬ੍ਰਿਜ ਭੂਸ਼ਣ ਦੇ ਮੁੰਡੇ ਦਾ ਕੋਈ ਇਲਜ਼ਾਮ ਨਹੀਂ ਸੀ, ਰਾਜਕੁਮਾਰ ਚੱਪੇਵਾਲ ਤੇ ਤਾਂ ਕਹਿੰਦੇ ਇਲਜ਼ਾਮ ਹੈ। ਇੱਕ ਇਲਜ਼ਾਮ ਸਾਬਤ ਕਰਦੇ, ਇੱਕ ਇਲਜ਼ਾਮ ਸਾਬਤ ਕਰ ਦਿਓ। ਕਹਿੰਦੇ ਰਾਜਕੁਮਾਰ ਚੱਪੇਵਾਲ ਤੇ ਇਲਜ਼ਾਮ ਸਾਬਤ ਕਰ ਦਿਓ। ਸਾਬਤ ਕਰ ਦਿਓ, ਕਿਹੜਾ ਸਾਬਤ ਕਰੋ? ਇਹਨਾਂ ਨੇ ਕੇਸ ਬਣਾਇਆ 4200। ਅੱਛਾ, ਇਹਨਾਂ ਨੂੰ ਪੁੱਛੋ ਜਿਹੜਾ ਇਹਨਾਂ ਦਾ ਚੱਬੇਵਾਲ ਦਾ ਹਲਕਾ ਇੰਚਾਰਜ ਆ ਸੰਧੂ ਸਾਹਿਬ, ਉਹ ਕਦੀ ਉਹਦੇ ਨਾਲ ਤੁਰਿਆ? ਉਹਨੇ ਤਾਂ ਕੇਸ ਕੀਤਾ ਸੀ, ਥੋੜ੍ਹੀ ਕੇਸ ਕੀਤਾ ਉਹਨੇ ਕੇਸ ਕੀਤਾ? ਉਹ ਕਹਿੰਦੇ ਹਲਕਾ ਇੰਚਾਰਜ ਆ ਜਿਹੜਾ ਉਹੀ ਦੇ ਨਾਲ ਤੁਰਿਆ। ਮੈਂ ਨਾ ਮੇਰਾ ਇੱਕ ਨਾ ਭਾਈ ਸਾਹਿਬ ਨੂੰ ਸਵਾਲ ਆ ਕਿ ਇਲਜ਼ਾਮ ਲੱਗਣ ਤੇ ਇਲਜ਼ਾਮ ਸਾਬਤ ਹੋਣ 'ਚ ਫਰਕ ਹੁੰਦਾ ਹੈ? ਇਲਜ਼ਾਮ ਲੱਗੇ ਆ, ਸਾਬਤ ਕੋਈ ਇੱਕ ਵੀ ਹੋਇਆ ਹੋਵੇ ਕਿ ਇਹਨਾਂ ਨੂੰ ਜੁਡੀਸ਼ਲੀ ਤੇ ਭਰੋਸਾ ਨਹੀਂ? ਕਹਿੰਦੇ ਸਾਬਤ ਕਰੋ। ਮੈਂ ਉਹੀ ਕਹਿ ਰਹੀ ਹਾਂ ਕਿ ਇਲਜ਼ਾਮ ਸਾਬਤ ਤਾਂ ਕਰੋ, ਜੁਡੀਸ਼ਲੀ ਤੇ ਬਿਲੀਵ ਕਰੋ ਨਾ। ਵੀ ਬਿਲੀਵ ਔਨ ਜੁਡੀਸ਼ਲੀ, ਕੋਈ ਵੀ ਇਨਕੁਆਇਰੀ। ਇਹ ਕਹਿੰਦੇ ਡਾਕਟਰ ਰਾਜਕੁਮਾਰ ਤੇ ਕੋਈ ਇਨਕੁਆਇਰੀ ਨਹੀਂ ਹੈਗੀ। ਈਡੀ ਦਾ ਪਰਚਾ, ਆਪਣਾ ਵਿਜੀਲੈਂਸ ਦਾ ਪਰਚਾ ਹੋ ਰਿਹਾ ਸੀ ਇਹਨਾਂ ਦਾ, ਇਨਕੁਆਇਰੀ ਕਿਉਂ ਨਹੀਂ ਸੀ? ਇਹਨਾਂ ਦੇ ਆਪਣੇ ਅਫਸਰ ਕਹਿੰਦੇ ਕੋਈ ਵਿਜੀਲੈਂਸ ਦਾ ਪਰਚਾ ਨਹੀਂ ਹੋਇਆ। 4,497,00,000 ਰੁਪਏ ਆਇਆ, 97 ਲੱਖ ਰੁਪਇਆ ਇਲੈਕਸ਼ਨ ਕੋਰਟ ਤੋਂ ਪਹਿਲਾਂ ਬੰਦ ਹੋ ਚੁੱਕਾ ਹੈ। 4 ਕਰੋੜ ਰੁਪਇਆ ਅੱਜ ਵੀ ਗਵਰਨਮੈਂਟ ਦੇ ਖਾਤਿਆਂ 'ਚ ਪਿਆ ਹੋਇਆ। ਇਹ ਆਰਟੀ ਨੇ ਇਹ ਜਾਣਕਾਰੀ ਲੈ ਲੈਣ, ਇਹ ਅੱਧੀ ਅਧੂਰੀ ਜਾਣਕਾਰੀ ਨਾ ਕਿ ਲੋਕਾਂ ਨੂੰ ਗੁੰਮਰਾਹ। ਕਹਿੰਦੇ ਅਧੂਰੀ ਜਾਣਕਾਰੀ ਨਾਲ ਗੁੰਮਰਾਹ ਕਰ ਰਹੇ ਹੋ ਲੋਕ। ਅਧੂਰੀ ਜਾਣਕਾਰੀ ਨਾ ਨਹੀਂ ਕਰ ਰਹੇ, ਇਹਨਾਂ ਕੋਲ ਵਾਸ਼ਿੰਗ ਮਸ਼ੀਨ ਲੱਗੀ, ਇਹਨਾਂ ਕੋਲ ਡਿਟਰਜੈਂਟ ਹੈ ਤੇ ਸੈਂਟਰ ਵਾਲੇ ਬੈਠੇ ਕੋਲ ਵਾਸ਼ਿੰਗ ਮਸ਼ੀਨ ਹੈ, ਇਹ ਧੋ ਰਹਿੰਦੇ ਆ ਜੀ ਆ ਕੇ। ਕਾਂਗਰਸ, ਹਾਂਜੀ, 4 ਦਿਨ ਪਹਿਲਾਂ ਡਾਕਟਰ ਰਾਜ ਸਿਰ ਤੇ ਪੰਡ ਰੱਖ ਕੇ ਕਿਉਂ ਗਿਆ ਸੀ ਵਿਧਾਨ ਸਭਾ? ਕਰਜ਼ੇ ਦੀ ਪੰਡ ਰੱਖ ਕੇ ਕਹਿੰਦੇ ਰਾਜਕੁਮਾਰ ਚੱਬੇਵਾਲ ਵਿਧਾਨ ਸਭਾ ਗਏ, ਉਸ ਤੋਂ ਬਾਅਦ ਕਹਿੰਦੇ ਫਿਰ ਤੁਹਾਡੇ ਕੋਲ ਆਏ ਵਾਸ਼ਿੰਗ ਮਸ਼ੀਨ 'ਚ ਧੋਤਾ ਤੁਸੀਂ? ਮੈਂ ਇੱਕੋ ਚੀਜ਼ ਕਹੂੰਗੀ, ਜੁਡੀਸ਼ਲੀ ਤੇ ਬਲੀਵ ਹੈ ਕਿ ਨਹੀਂ? ਕਹਿੰਦੇ ਜੁਡੀਸ਼ਲੀ ਤੇ ਬਲੀਵ। ਆਹੀ ਸਵਾਲ ਇਹਨਾਂ ਨੂੰ, ਆਹੀ ਸਵਾਲ ਇਹਨਾਂ ਨੂੰ ਪੁੱਛਣਾ ਸੀ। ਇਹ ਨਿੱਕੀ ਨਿੱਕੀਆਂ ਰੇਤਾਂ ਤੋਂ ਲੈ ਕੇ ਬੜੇ ਬੜੇ ਐਲੀਗੇਸ਼ਨ, ਸਾਰੀ ਦਿੱਲੀ ਦੀ ਕੈਬਨਿਟ ਚੱਕ ਕੇ ਉਹਨਾਂ ਨੇ ਸ਼ਰਾਬ ਘਟਾਲੇ 'ਚ ਅੰਦਰ ਸਿੱਟਤੀ, ਉਦੋਂ ਇਹਨਾਂ ਨੂੰ ਜੁਡੀਸ਼ਰੀ ਤੇ ਯਕੀਨ ਕਿਉਂ ਨਹੀਂ? ਕਹਿੰਦੇ ਉਦੋਂ ਕਿਉਂ ਨਹੀਂ ਜੁਡੀਸ਼ਰੀ ਤੇ? ਜੁਡੀਸ਼ਰੀ ਤੇ ਪੂਰਾ ਯਕੀਨ ਆ, ਦੁੱਧ ਪਾਣੀ ਹੋਊਗਾ। ਸਾਡੇ ਲੀਡਰ ਇਮਾਨਦਾਰ ਆ, ਸਾਡੇ ਲੀਡਰ ਦੇਸ਼ ਭਗਤ ਆ, ਇਹ ਸਿਰਫ ਸਾਡੇ ਲੀਡਰ ਨੂੰ ਡਰਾਉਣ ਵਾਸਤੇ ਹੋ ਰਿਹਾ। ਸਾਡਾ ਲੀਡਰ ਕੋਈ ਵੀ ਡਰਨ ਵਾਲਾ ਨਹੀਂ, ਇਹਨਾਂ ਪਾਰਟੀ ਸਾਨੂੰ ਪੂਰਾ ਯਕੀਨ ਆ ਜੁਡੀਸ਼ਰੀ ਤੇ। ਪਿੱਛੇ
ਭਾਜੀ ਖੜੇ ਨਾ ਉਹਨਾਂ ਉਹਨਾਂ ਦਾ ਬਿਆਨ ਸੁਣਿਓ, ਕਹਿੰਦੇ ਇੱਕ ਵੀ ਹੈ ਨਹੀਂ ਧੱਕਾ ਹੋ ਰਿਹਾ। ਹੁਣ ਜੁਡੀਸ਼ਰੀ ਦੇ ਇਨਸਾਫ ਕਿੱਥੇ ਗਿਆ ਇਹਨਾਂ ਦਾ? ਪੰਜਾਬ 'ਚ ਸੇਮ ਇਹਨਾਂ ਦੀ ਸਰਕਾਰ ਇਹੀ ਧੱਕਾਸ਼ਾਹੀ ਕਰਕੇ ਐਮ ਐਲ ਏ ਨੂੰ ਡਰਾ ਧਮਕਾ ਕੇ ਆਪਣੇ ਵੱਲ ਲੈ ਕੇ ਜਾ ਰਹੀ ਹੈ। ਇਹਨਾਂ ਨੂੰ ਪੁੱਛੋ ਇਹਨਾਂ ਕੋਲ ਆਪਣਾ ਕੈਂਡੀਡੇਟ ਨਹੀਂ ਹੈਗਾ, ਆਪਣਾ ਕੋਈ ਬੰਦਾ ਨਹੀਂ। ਬਾਹਰੋਂ ਇੰਪੋਰਟ ਕਰਕੇ, ਬਾਹਰੋਂ ਇੰਪੋਰਟ ਕਹਿੰਦੇ ਕਾਂਗਰਸ ਤੋਂ ਪੁੱਛੋ ਤੁਸੀਂ ਕਿਹੜਾ ਕੰਮ ਵੋਟ ਕਰਕੇ, ਬਾਹਰੋਂ ਇੰਪੋਰਟ ਕਰਕੇ ਬੰਦੇ ਤੁਸੀਂ ਕੈਂਡੀਡੇਟ ਉਹ ਬੀਜੇਪੀ ਨੂੰ ਪੁੱਛ ਲੈਂਦੇ ਆ। ਹਾਂਜੀ, ਕਹਿੰਦੇ ਵੀ ਮੁਹੱਲੇ, ਅਸੀਂ ਗਲੀ ਗਲੀ 'ਚ ਮੁਹੱਲਾ ਕਲੀਨਿਕ ਖੋਲਾਂਗੇ। ਮੁਹੱਲਾ ਕਲੀਨਿਕ ਤਾਂ ਨਹੀਂ ਖੁੱਲੇ, ਪਰ ਸ਼ਰਾਬ ਦੀਆਂ ਬ੍ਰਾਂਚਾਂ ਹਰ ਮੁਹੱਲੇ 'ਚ ਖੁੱਲ ਗਈਆਂ, ਭਗਤ ਨਗਰ ਤੋਂ ਲੈ ਕੇ ਬਹਾਦਰਪੁਰ ਤੋਂ ਲੈ ਕੇ ਸਾਰੇ ਪਾਸੇ। ਮੈਂ ਕਹਿੰਦਾ, ਕਹਿੰਦੇ ਮੁਹੱਲਾ ਕਲੀਨਿਕ 'ਚ ਦਵਾਈਆਂ ਨਹੀਂ ਮਿਲਦੀਆਂ ਪਈਆਂ, ਸ਼ਰਾਬ ਮਿਲਦੀ ਪਈ ਆ, ਉਹਨਾਂ ਬਾਰੇ ਕੀ ਵਿਚਾਰ ਇਹਨਾਂ ਦਾ? ਮੈਂ ਸਿਰਫ ਇਹੀ ਪੁੱਛਣਾ ਚਾਹੁੰਦਾ ਹਾਂ ਬੀਜੇਪੀ ਵਾਲਿਆਂ ਤੋਂ ਅਤੇ ਆਮ ਆਦਮੀ ਪਾਰਟੀ ਵਾਲਿਆਂ ਤੋਂ, ਬੀਜੇਪੀ ਨੇ ਆਪਣਾ ਕੈਂਡੀਡੇਟ ਉਤਾਰਿਆ ਜਿਹੜਾ 5 ਸਾਲ ਜਿਹਨੇ ਰਾਜ ਕੀਤਾ ਸੋਮ ਪ੍ਰਕਾਸ਼ ਜੀ ਨੇ, ਬੀਜੇਪੀ ਵਾਲੇ ਇੰਨਾ ਦੱਸ ਦੇਣ ਕਿ 5 ਸਾਲ ਦੇ ਵਿੱਚ ਹੁਸ਼ਿਆਰਪੁਰ ਵਾਸਤੇ ਕਿੰਨੀ ਗ੍ਰਾਂਟ ਦਿੱਤੀ ਆ, ਆਮ ਆਦਮੀ ਪਾਰਟੀ ਵਾਲੇ ਦੱਸ ਦੇਣ 2 ਸਾਲ ਦੇ ਵਿੱਚ ਜਿੰਪਾ ਸਾਹਿਬ ਨੇ ਕਿੰਨੀ ਗ੍ਰਾਂਟ ਦਿੱਤੀ ਆ? ਪਹਿਲਾਂ ਤੁਸੀਂ ਦੱਸ ਦਿਓ ਵੀ 5 ਸਾਲਾਂ ਦੇ ਵਿੱਚ ਸੋਮ ਪ੍ਰਕਾਸ਼ ਜੀ ਨੇ ਕੀ? ਸੁਣੋ ਗੱਲ ਇਹ ਭਾਈ ਸਾਹਿਬ ਹੁਣ ਆਇਆ, ਇਹ ਸਾਰੀ ਡਿਬੇਟ ਸਾਡੀ ਪਹਿਲਾਂ ਹੋ ਚੁੱਕੀ ਆ। ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ, 1 ਮਿੰਟ, ਇਹ ਸਾਰੇ ਸਾਥੀਆਂ ਨੂੰ ਪਿੱਛੇ ਕਰਕੇ ਨਾ ਇਹਨਾਂ ਨੂੰ ਪ੍ਰੋ ਪੰਜਾਬ ਦੀ ਆਪਣੀ ਵੈਨ ਦਿਖਾ ਦਿਓ, ਜਿੱਦਾਂ ਉੱਥੇ ਤੁਸੀਂ ਰਿਜ਼ਲਟ ਲਿਖਿਆ ਉੱਦਾਂ ਹੀ ਹੋਣਾ ਆ। ਦਿਖਾ ਦਿਓ ਉਹਨਾਂ ਨੂੰ ਵੈਨ, ਦਿਖਾ ਦਿਓ ਆ ਵੈਨ, ਦਿਖਾ ਦਿਓ ਜੀ ਕਹਿੰਦੇ ਪਿੱਛੇ ਕਰਕੇ। ਚਲੋ ਹਾਂਜੀ ਹਾਂਜੀ, ਬਦਲਾ ਗਏ ਆ, ਇਹ ਛੱਡ ਦਿਓ ਵਿਚਾਰਿਆਂ ਨੂੰ, 3-2-3 ਤਾਂ ਹੈਗੇ ਵਿਚਾਰੇ, ਰਹਿਣ ਦਿਓ, ਕੋਈ ਗੱਲ, ਛੱਡ ਦਿਓ। ਵੀ ਅੱਜ ਤੋਂ ਪਹਿਲਾਂ ਕਿਹੜੀ ਸਰਕਾਰ ਨੇ 800 ਕਰੋੜ ਰੁਪਈਆ ਐਡ ਦੇ ਵਾਸਤੇ ਰੱਖਿਆ ਸੀਗਾ? ਪੰਜਾਬ ਦੇ 800 ਕਰੋੜ ਦੀ ਪ੍ਰਧਾਨ ਸਾਹਿਬ ਨੇ ਬਿਆਨ ਦਿੱਤਾ, ਕਹਿੰਦੇ ਇਹ ਕੋਈ ਲੌਜਿਕ ਆ, ਬੇਸਲੈਸ ਗੱਲ ਆ। 800 ਕਰੋੜ ਫੋਟੋਆਂ ਸ਼ਮਸ਼ਾਨ ਘਾਟ ਤੇ ਵੀ ਲਾਉਣ ਨੂੰ ਫਿਰਦੇ ਸੀ, ਕਹਿੰਦੇ ਸ਼ਮਸ਼ਾਨ ਘਾਟ ਤੇ ਲਾਈ ਜਾਂਦੇ ਰਾਸ਼ਨ ਵਾਲੇ ਝੋਲਿਆਂ ਦੇ। ਥੋੜਾ ਪਿੱਛੇ ਹੋ ਜਾਓ ਕਹਿੰਦੇ ਤੁਹਾਡਾ ਘਰ ਦਾ ਬਿੱਲ ਜ਼ੀਰੋ ਆਉਂਦਾ ਜਾਂ ਨਹੀਂ ਆਉਂਦਾ? ਬਿੱਲ ਜ਼ੀਰੋ ਨਹੀਂ ਆਉਂਦਾ। ਹੁਣ
ਪੋਲੀਟੀਕਲ ਸਵਾਲ ਲੈ ਕੇ ਜਾਇਓ। ਇਹਨਾਂ ਨੇ ਕਰਜ਼ੇ ਦੀ ਗੱਲ ਕੀਤੀ, ਉਹ ਬੇਸਲੈਸ। ਨਸ਼ਿਆਂ ਦੀ ਗੱਲ ਕੀਤੀ, ਬੇਸਲੈਸ। ਤੁਸੀਂ ਕਰਜ਼ੇ ਦੀ ਗੱਲ ਕਰ ਲਓ, ਫੁੱਟਵਾਰ ਦੀ ਗੱਲ ਕਰ ਲਓ, ਸਾਰੇ ਬੇਸਲੈਸ ਹੈ। ਜਿਹੜੀਆਂ ਇਹ ਗੱਲਾਂ ਕਰਦੇ ਉਹ ਬੇਸ ਵਾਲੀਆਂ ਆ, ਜਿਹੜੀਆਂ ਅਸੀਂ ਗੱਲਾਂ ਕਰਦੇ ਜ਼ਰੂਰ ਦੇ ਆਪਾਂ ਆਏ ਹਾਂ। ਇਹਨਾਂ ਨੇ ਬਿਨਾਂ ਖੀਖੀ ਤੋਂ ਹੋਰ ਕੋਈ ਜਵਾਬ ਨਹੀਂ ਦਿੱਤਾ। ਕਰਜ਼ੇ ਦੀ ਗੱਲ ਕਰ ਲਓ, ਐਡਵਰਟਾਈਜ਼ਮੈਂਟ ਦੀ ਗੱਲ ਕਰ ਲਓ, ਨਸ਼ੇ ਦੀ ਗੋਲੀ ਕਰ ਲਓ, ਗੋਲੀਆਂ ਦੀ ਗੱਲ ਕਰ ਲਓ, ਗੈਂਗਸਟਰਵਾਦ ਦੀ ਗੱਲ ਕਰ ਲਓ, ਉਹ ਬੇਸਲੈਸ ਹੈ। ਆਹ ਬਿੱਲ ਲੈ ਕੇ ਆਏ ਨੇ ਬੀਜੇਪੀ ਵਾਲੇ, ਖਾਲੀ ਦੇ ਲੈ ਕੇ ਆਏ ਹੋਏ। ਕੀ ਕਹਿੰਦੇ? ਅੱਛਾ ਹੋਰ ਦੱਸੋ, ਬਿੱਲ ਲੈ ਕੇ ਆਇਓ। ਅਸੀਂ ਬਿੱਲ ਲੈ ਕੇ ਆ, ਬਿੱਲ ਲੈ ਕੇ ਆ। ਮੈਨੂੰ ਦੱਸਿਆ ਕਿਹੜੀ ਐਨਓਸੀ ਮਾਫ, ਅੱਜ ਐਨਓਸੀ ਲੈਣੀ ਪੈਂਦੀ ਪਈ ਆ ਰਜਿਸਟਰੀਆਂ ਕਰਾ ਕੇ ਦੱਸਣ। ਮੈਂ ਕੱਲ ਰਜਿਸਟਰੀਆਂ ਦਿੰਦਾ, ਰਜਿਸਟਰੀਆਂ ਕਰਾਣ ਝੂਠ ਦੀ ਸਰਕਾਰ। ਯੂਨਿਟਾਂ ਚੈੱਕ ਕਰਾ ਦਿਓ, ਕਹਿੰਦੇ ਯੂਨਿਟਾਂ ਚੈੱਕ ਕਰਾ ਦਿਓ, ਲਿਆਓ ਕਹਿੰਦੇ ਯੂਨਿਟਾਂ ਚੈੱਕ ਕਰਾ ਲਿਓ। ਹਾਂਜੀ, ਬਿੱਲ ਚੱਕੀ ਫਿਰਦੇ, ਥੋੜਾ 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 ਪਿੱਛੇ ਹੋ ਜਾਓ, ਥੋੜਾ 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 ਪਿੱਛੇ ਹੋ ਜਾਓ, ਥੋੜਾ ਥੋੜਾ ਪਿੱਛੇ ਹੋ ਜਾਓ, ਥੋੜਾ ਥੋੜਾ ਪਿੱਛੇ ਹੋ ਜਾਓ। ਹਾਂਜੀ ਹਾਂਜੀ, ਬਿੱਲ ਲੈ ਕੇ ਆਏ ਨੇ ਜੀ, ਇਹ ਬਿੱਲ ਲੈ ਕੇ ਆਏ ਨੇ, ਇਹ ਕਹਿੰਦੇ ਸਾਡਾ ਤਾਂ ਬਿੱਲ ਜੀਰੋ ਆਉਂਦਾ ਹੀ ਨਹੀਂ। ਪਾਰਟੀ ਨੇ 600 ਯੂਨਿਟ ਮਾਫ ਕੀਤਾ, ਜਿਹਦੇ 599 ਯੂਨਿਟ ਤੇ ਅਗਰ ਕਿਸੇ ਦਾ ਬਿੱਲ ਆਇਆ ਤਾਂ ਉਹ ਦਿਖਾ ਦੇਣ। ਇਦਾਂ ਤੁਸੀਂ 1000 ਯੂਨਿਟ ਬਾਲ ਕੇ ਬਿੱਲ ਚੱਕੋਗੇ, ਉਹਦਾ ਕੋਈ ਲੌਜਿਕ ਨਹੀਂ, ਪਹਿਲੀ ਗੱਲ। ਦੂਸਰੀ ਗੱਲ ਮੈਂ ਇਹਨਾਂ ਕੋਲ ਪੁੱਛਣਾ ਚਾਹੂੰਗੀ, ਗੱਲ ਡਿਵੈਲਪਮੈਂਟ ਤੇ ਕਰੋ, ਡਿਵੈਲਪਮੈਂਟ ਤੇ ਗੱਲ ਕਰੋ, ਕੰਮ ਦੀ ਰਾਜਨੀਤੀ ਤੇ ਗੱਲ ਕਰੋ। ਲੌਜਿਕਲੈਸ ਸਵਾਲ ਨੇ, ਲੌਜਿਕਲੈਸ ਕੁਐਸਚਨ ਨੇ, ਲੌਜਿਕਲੈਸ ਆਨਸਰ ਨੇ। ਡਿਵੈਲਪਮੈਂਟ ਤੇ ਗੱਲ ਕਰੋ, ਤੁਸੀਂ ਡਿਵੈਲਪਮੈਂਟ ਕੀ ਕੀਤੀ? ਹਾਂਜੀ ਹਾਂਜੀ, ਇਹ ਕਹਿੰਦੇ 2 ਸਾਲ ਕਰਦੇ, ਕਾਫੀ ਕੁਝ ਹੋਇਆ। ਜਿਹੜੇ ਇੰਨੇ ਸਾਲ ਰਾਜ ਕੀਤਾ ਉਹਦਾ ਜਵਾਬ ਦਿਓ, ਜਿਹੜਾ ਇੰਨਾ ਸਾਲ ਰਾਜ ਕੀਤਾ ਉਹਦਾ ਜਵਾਬ ਕੀ ਹੈ? ਜਿਹੜੇ ਦੱਸ ਦੇਣ ਇਹਨਾਂ ਦੇ ਮੰਤਰੀ ਸਾਹਿਬ ਨੇ, ਕਿਹੜਾ ਨਵਾਂ ਲਿਆਂਦਾ, ਕੋਈ ਇੰਸਟੀਚਿਊਟ ਲਿਆਂਦਾ, ਕੋਈ ਇੰਡਸਟਰੀ ਲਿਆਂਦੀ 2 ਸਾਲ ਦੇ ਵਿੱਚ, ਇਹਨਾਂ ਦੇ ਮੰਤਰੀ ਸਾਹਿਬ ਦੱਸ ਦੇਣ। ਇਹ ਤਾਂ ਇਹਨਾਂ ਨੇ ਤਾਂ ਬਰਗਾੜੀ ਕਾਂਡ 2 ਮਹੀਨਿਆਂ 'ਚ ਹੱਲ ਕਰ ਦੇਣਾ ਸੀ, ਕਿੱਥੇ ਇਹਨਾਂ ਦਾ ਬਰਗਾੜੀ ਕਾਂਡ? 2 ਮਹੀਨਿਆਂ 'ਚ ਇਹਨਾਂ ਨੇ ਬੇਅਦਬੀਆਂ ਦੇ ਦੋਸ਼ੀ। ਮਾੜਾ ਮਾੜਾ, ਥੋੜਾ ਥੋੜਾ ਪਿੱਛੇ ਹੋ ਜਾਓ, ਇੱਕ ਇੱਕ ਸਵਾਲ ਲੈਣਾ ਆਪਾਂ ਨੇ, ਟਾਈਮ ਬਹੁਤ ਹੋ ਗਿਆ, ਇੱਕ ਇੱਕ ਸਵਾਲ ਲੈਣਾ ਸਾਰਿਆਂ ਤੋਂ, ਸਾਰਿਆਂ ਤੋਂ ਇੱਕ ਇੱਕ ਸਵਾਲ ਲੈਣਾ। ਥੋੜਾ ਥੋੜਾ ਪਿੱਛੇ ਹੋ ਕੇ ਖੜ ਜਾਓ, ਥੋੜਾ ਥੋੜਾ ਪਿੱਛੇ ਹੋ ਕੇ ਖੜ ਜਾਓ, ਇੱਕ ਇੱਕ ਸਵਾਲ ਲੈਣਾ ਆਪਾਂ ਨੇ ਸਾਰਿਆਂ ਤੋਂ। ਹਾਂਜੀ, ਡਿਵੈਲਪਮੈਂਟ ਤੇ ਇਹਨਾਂ ਦਾ ਜਵਾਬ ਲਗਾ ਦੇਣ। ਡਿਵੈਲਪਮੈਂਟ ਸਕੂਲ ਆਫ ਐਮੀਨੈਂਸ, ਬਿਜਲੀ ਬਿੱਲ ਮਾਫ, ਠੀਕ ਹੈ ਜੀ। ਫਿਰ ਫ੍ਰੀ ਯਾਤਰਾ, ਫ੍ਰੀ ਯਾਤਰਾ, ਫ੍ਰੀ ਯਾਤਰਾ ਬਜ਼ੁਰਗਾਂ ਲਈ, ਫਿਰ ਜਨਾਨੀਆਂ ਲਈ ਬੱਸ ਵਿੱਚ ਫ੍ਰੀ ਬਗੈਰ ਕਿਰਾਏ ਤੋਂ। ਹੋਰ ਡਿਵੈਲਪਮੈਂਟ ਅਸੀਂ ਹੋਰ ਕਰਕੇ ਦਿਖਾ ਲਾਂਗੇ ਇਸ ਤੋਂ ਬਾਅਦ। ਕਹਿੰਦੇ ਸਾਰਾ ਕੁਝ ਕੀਤਾ, ਸਕੂਲ ਆਫ ਐਮੀਨੈਂਸ ਹੋ ਗਏ, ਬਿਜਲੀ ਬਿੱਲ ਜ਼ੀਰੋ ਹੋ ਗਿਆ, ਹੋਰ ਕੰਮ? ਸਕੂਲ ਆਫ ਐਮੀਨੈਂਸ ਦੱਸ ਦੇਣ ਵੀ ਕੋਈ ਨਵਾਂ ਖੋਲਿਆ, ਪੁਰਾਣੀਆਂ ਬਿਲਡਿੰਗਾਂ ਨੂੰ ਰੰਗ, ਪੁਰਾਣੀਆਂ ਬਿਲਡਿੰਗਾਂ ਨੂੰ ਰੰਗ ਕਰਕੇ ਸਕੂਲ ਆਫ ਐਮੀਨੈਂਸ ਬਣਾਤਾ, ਇਹਦਾ ਕੀ ਜਵਾਬ ਹੈ? ਉਹ ਕਹਿੰਦੇ ਹੁੰਦੇ ਹੱਥ ਨਾ ਪਹੁੰਚੇ ਤੇ ਥੂ ਕੌੜੀ, ਕੋਈ ਸਵਾਲ ਹੈ ਨਹੀਂ, ਕੋਈ ਮੁੱਦਾ ਹੈ ਨਹੀਂ ਸਾਰਾ। ਮੇਰੇ ਹਿਸਾਬ ਨਾਲ ਨਾ ਇਹਨਾਂ, ਮੈਨੂੰ ਲੱਗਦਾ ਇਹਨਾਂ ਦੀ ਟਰਾਂਸਪੋਰਟ ਬਾਰੇ ਕੀ ਵਿਚਾਰ ਆ? ਕਹਿੰਦੇ ਬਾਦਲ ਪ੍ਰਵਾਦ ਦੀ ਟਰਾਂਸਪੋਰਟ ਕੋਡੀ ਦਾ ਜਵਾਬ ਇਹਨਾਂ ਨੂੰ 1 ਤਰੀਕ ਨੂੰ ਮਿਲ ਜਾਣਾ, ਇਹਨਾਂ ਨੂੰ ਕੋਈ ਥੂ ਕੋੜੀ ਦੀ ਗੱਲ ਹੀ ਨਾ ਕਰੋ। ਪਾਸਤੀ ਕਿਹੜਾ ਕੀਤਾ? ਕਮਰਸ਼ੀਅਲ ਬਿੱਲ ਭਾਜੀ, ਕਮਰਸ਼ੀਅਲ, ਕਹਿੰਦੇ ਕਮਰਸ਼ੀਅਲ ਬਿੱਲ ਲੈ ਕੇ ਆਈ ਆ ਬੀਜੇਪੀ। ਦੂਜੀ ਗੱਲ, ਦਿੱਲੀ ਵਿੱਚ ਇਹਨਾਂ ਨੇ ਕਿਹਾ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਦੇ ਵੀ ਦਿੱਤਾ, ਉੱਥੇ ਸ਼ਰਤ ਲੱਗਦੀ ਕਿ ਇਨਕਮ ਟੈਕਸ ਪਈ ਨਹੀਂ ਹੋਣੀ ਚਾਹੀਦੀ। ਅੱਜ ਕੱਲ੍ਹ ਹਰ ਇੱਕ ਦਾ ਪੈਨ ਕਾਰਡ ਬਣਿਆ, 18 ਸਾਲ ਦਾ ਬੱਚਾ ਹੋਗਾ ਅਕਾਊਂਟ ਖੋਲਣਾ, ਪੈਨ ਕਾਰਡ ਬਣਿਆ, ਪੈਨ ਕਾਰਡ ਦਾ ਮਤਲਬ ਤੁਸੀਂ ਰਿਟਰਨ ਭਰਨੀ ਆ, ਤਾਂ ਤੁਸੀਂ ਤਾਂ ਪੈਸੇ ਕਿਸੇ ਨੂੰ ਦੇਣਾ ਹੀ ਨਹੀਂ।
ਇਹ ਝੂਠੀ ਸਰਕਾਰ ਹੈ, ਹਰ ਪਦੇ ਨਾਲ ਝੂਠਾ। ਕੋਈ ਇਹਨਾਂ ਨੇ ਇਲੈਕਸ਼ਨ 'ਚ ਕੋਈ ਇੱਕ ਸਟੇਟਮੈਂਟ ਕਰ ਦਿਓ ਜਿੱਥੇ ਇਹਨਾਂ ਨੇ ਕਿਹਾ ਹੋਵੇ ਕਿ 600 ਝੂਠ ਦੀ ਗਰੰਟੀ ਆ, 600 ਤੋਂ ਘੱਟ ਵੱਧ ਦੀ ਗੱਲ ਕੀਤੀ ਹੋਵੇ। ਇਹਨਾਂ ਨੇ ਕਿਹਾ 600 ਝੂਠ ਮਾਫ਼ ਕਰਾਂਗੇ, ਹੁਣ ਸ਼ਰਤ ਲਾਤੀ। ਇਹ ਕਹਿੰਦੇ ਇਹਨਾਂ ਨੂੰ ਇਹ ਪੁੱਛੋ ਕਿ ਤੁਹਾਨੂੰ ਯਾਰ ਗੱਲ ਦੱਸੋ, ਯਾਰ ਇੱਕ ਮਿੰਟ ਯਾਰ ਗੱਲ ਦੱਸੋ, ਉਹ ਯਾਰ ਗੱਲ ਦੱਸੋ, ਇਹਨਾਂ ਨੂੰ ਇਹ ਪੁੱਛੋ ਕਿ ਤੁਹਾਨੂੰ ਸੋਮ ਪ੍ਰਕਾਸ਼ ਜੀ 5 ਸਾਲਾਂ 'ਚ ਕਿੰਨੀ ਵਾਰੀ ਮਿਲੇ ਆ, ਸੱਚ ਬੋਲਣ। ਕਹਿੰਦੇ ਇੱਕ ਮਿੰਟ, ਥੋੜ੍ਹਾ ਥੋੜ੍ਹਾ ਪਿੱਛੇ ਹੋ ਜਾਓ, ਥੋੜ੍ਹਾ ਥੋੜ੍ਹਾ ਲੱਗ ਜਾਓ, ਸੱਚ ਬੋਲਣ, ਥੋੜ੍ਹਾ 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 ਸਵਾਲ ਦਾ ਜਵਾਬ ਲੈਣਾ, ਬਿੱਲਾਂ ਦੀ ਗੱਲ ਕਰਦੇ, ਥੋੜ੍ਹਾ ਥੋੜ੍ਹਾ ਪਿੱਛੇ ਹੋ ਜਾਓ, ਥੋੜ੍ਹਾ ਥੋੜ੍ਹਾ ਭਾਈ, ਥੋੜ੍ਹਾ ਥੋੜ੍ਹਾ ਪਿੱਛੇ ਹੋ ਜਾਓ, ਥੋੜ੍ਹਾ 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 ਪਿੱਛੇ ਹੋ ਜਾਓ, ਥੋੜ੍ਹਾ ਥੋੜ੍ਹਾ ਲਾਸਟ ਦਾ ਡਿਬੇਟ ਦਾ ਪੁਆਇੰਟ ਕਰੀਏ, ਡਿਬੇਟ ਦਾ ਐਂਡ ਕਰੀਏ। ਕਹਿੰਦੇ ਸੋਮ ਪ੍ਰਕਾਸ਼ ਜੀ, ਸੋਮ ਪ੍ਰਕਾਸ਼ ਜੀ 5 ਦਿਨਾਂ ਦੇ ਵਿੱਚ ਤੁਹਾਨੂੰ ਕਿੰਨੀ ਵਾਰ ਮਿਲੇ 5 ਸਾਲਾਂ? ਜਵਾਬ ਦੇਣ ਲੱਗਾ, ਇਹਨਾਂ ਨੇ ਮੈਨੂੰ ਇਹਨਾਂ ਨੇ ਸਵਾਲ ਕੀਤਾ ਸੋਮ ਪ੍ਰਕਾਸ਼ ਜੀ ਕਿੰਨੀ ਵਾਰੀ ਮਿਲੇ ਆ, ਮੈਂ ਹਫ਼ਤੇ 'ਚ 2 ਵਾਰੀ ਉਹਨਾਂ ਨੂੰ ਮਿਲਦਾ, ਹਫ਼ਤੇ 'ਚ 2 ਵਾਰੀ। ਇਹਨਾਂ ਨੂੰ ਇਹ ਪੁੱਛੋ ਵੀ 5 ਸਾਲ ਬਾਅਦ ਜਾਮਨੀ ਕੋ ਉਮਰ ਕਿੱਥੋਂ ਚੱਕ ਕੇ ਲਿਆਉਂਦੀ, ਤਾਂ 5 ਸਾਲ ਕਦੀ ਪਤਾ ਨਹੀਂ ਸੀ। ਇਹ ਕਹਿੰਦੇ ਉਮਰ ਨੂੰ ਕਿੱਥੋਂ ਚੱਕ ਲਿਆਉਂਦਾ, ਕਹਿੰਦੇ ਮੈਂ ਤਾਂ ਹਫ਼ਤੇ 'ਚ 2 ਵਾਰ ਮਿਲਦਾ। ਉਮਰ ਨੂੰ ਇਹ ਲੈ ਕੇ ਇਹਨਾਂ ਨੂੰ ਇਹ ਪੁੱਛੋ ਕਿ 2 ਸਾਲ ਹੋ ਗਏ ਇਹਨਾਂ ਦੇ ਮੰਤਰੀ ਨੂੰ ਹੁਸ਼ਿਆਰਪੁਰ 'ਚ, ਉਹਨੇ 1 ਪੈਸੇ ਦੀ ਗ੍ਰਾਂਟ ਹੁਸ਼ਿਆਰਪੁਰ ਨਹੀਂ ਲਿਆਂਦੀ। ਇਹ ਜਿਹੜੀ ਵੀ ਗ੍ਰਾਂਟ ਅੱਜ ਖਰਚ ਹੋ ਰਹੀ ਹੈ ਪਿਛਲੇ ਮੰਤਰੀ ਦੀ ਪਾਸ ਕੀਤੇ ਹੋਏ ਕੰਮ ਆ, ਉਹਨੇ 1 ਸਿੰਗਲ ਪੈਸਾ ਹੁਸ਼ਿਆਰਪੁਰ 'ਚ ਲਾਇਆ। ਕਹਿੰਦੇ ਤੁਹਾਡੇ ਸੋਮ ਪ੍ਰਕਾਸ਼ ਜੀ ਨੇ 1 ਪੈਸਾ ਹੁਸ਼ਿਆਰਪੁਰ ਦੇ ਵਿੱਚ ਨਹੀਂ ਲਾਇਆ, ਜਿਹੜੀ ਵੀ ਪੁਰਾਣੇ ਬੰਦਿਆਂ ਦੀ ਗੱਲਾਂ 'ਚ। ਭਾਈ ਸਾਹਿਬ ਇਹਨਾਂ ਨੂੰ ਕਹੋ ਹੁਸ਼ਿਆਰਪੁਰ ਦਾ ਰੇਲਵੇ ਸਟੇਸ਼ਨ ਜਾ ਕੇ ਦੇਖ ਲਓ, ਵਰਲਡ ਕਲਾਸ ਰੇਲਵੇ ਸਟੇਸ਼ਨ ਬਣਨ ਜਾ ਰਿਹਾ। ਕਿਹੜਾ ਉਹ 1.5 ਸਾਲ ਇਲੈਕਸ਼ਨ ਦਾ ਸਟਾਪ, ਭਾਈ ਸਾਹਿਬ 1.5 ਸਾਲ ਹੋ ਗਏ ਸ਼ੁਰੂ ਹੋਣ ਦੇ ਨੂੰ, 1.5 ਸਾਲ ਹੋ ਗਏ ਇਹਨਾਂ ਤੋਂ ਪੁੱਛ ਲੈਂਦੇ ਆ। ਉਹ ਕਹਿੰਦੇ ਹੁਸ਼ਿਆਰਪੁਰ ਦਾ ਰੇਲਵੇ ਸਟੇਸ਼ਨ ਆ ਜਿਹੜਾ ਸਾਡੀ ਦੇਣ ਆ ਬੀਜੇਪੀ ਵਾਲੇ। ਕਹਿੰਦੇ ਮੇਰੀ ਗੱਲ ਸੁਣੋ, ਪੰਜਾਬ ਨਾ ਇੱਥੋਂ ਟੈਕਸ ਦਿੰਦਾ ਔਰ ਉਹੀ ਟੈਕਸ ਦੁਆਰਾ ਡਿਵੈਲਪਮੈਂਟ ਤੇ ਲੱਗਦਾ, ਪੰਜਾਬੀਆਂ ਦਾ ਪੈਸਾ ਪੰਜਾਬੀਆਂ ਤੇ ਲਾ ਕੇ ਤੁਸੀਂ ਕੀ ਜਿਤਾਉਂਦੇ? ਇਹ ਕਹਿੰਦੇ ਸਾਨ ਕਰਦੇ ਹੋ ਸਾਡੇ ਤੇ, ਪੰਜਾਬੀ ਟੈਕਸ ਦਿੰਦੇ ਨੇ, ਟੈਕਸ ਦਾ ਪੈਸਾ ਇੱਥੇ ਲੱਗਦਾ ਤਾਂ ਡਿਵੈਲਪਮੈਂਟ ਹੁੰਦੀ ਹੈ। ਇਹ ਸਾਨ ਕਰਦੇ ਜੇ ਕਹਿੰਦੇ ਅਸੀਂ ਫੂਡ ਸਟਰੀਟ ਬਣਾ ਦੀ ਸਾਨ ਕੀਤਾ ਲੋਕਾਂ ਦੇ, ਨਹੀਂ ਨਹੀਂ ਕੋਈ ਜੇ ਆ ਪਾਰਕ, ਆ ਪਾਰਕ ਦਾ ਨਾਮ ਗ੍ਰੀਨਰੀ ਪਾਰਕ ਸਰਕਾਰ ਲੋਕੀ ਟੈਕਸ ਦਿੰਦੇ ਤਾਂ ਹੀ ਚੀਜ਼ਾਂ ਬਣਦੀਆਂ, ਪੰਦਰਾਂ ਸੌ ਤਿਹੱਤਰ ਕਰੋੜ ਰੁਪਏ ਦੇ ਹੁਸ਼ਿਆਰਪੁਰ ਫਗਵਾੜਾ 4 ਲੇਨ ਪਾਸ ਹੋ ਗਈ, ਉਹਦਾ ਉਦਘਾਟਨ ਹੋ ਗਿਆ। ਪੰਜਾਬੀਆਂ ਦਾ ਸਾਰਾ ਟੈਕਸ ਕੇਜਰੀਵਾਲ ਨੂੰ ਹੈਲੀਕਾਪਟਰ ਲਿਆ, ਤੁਹਾਨੂੰ ਝੂਠੇ ਦੇਣ ਦੇ, ਸਾਡਾ ਮੁੱਖ ਮੰਤਰੀ ਥੋੜੀ, ਉਹ ਤਾਂ ਪਾਇਲਟ ਦਾ ਸਵਾਲ ਚੁੱਕਦੇ ਮੁੱਖ ਮੰਤਰੀ ਰਿਕਸ਼ੇ ਜਾਂਦਾ ਹੁਣ ਆਪਣੇ ਟਾਈਮ ਦੇ ਵਿੱਚ, ਤੁਸੀਂ ਸਾਰੀ ਟਰਾਂਸਪੋਰਟ ਸਾਹਮਣੇ ਆਈ ਤਾਂ ਫਿਰ ਲੋਕਾਂ ਨੇ ਕਹਿੰਦੇ ਤੁਹਾਡਾ ਮੁੱਖ ਮੰਤਰੀ ਰਿਕਸ਼ੇ 'ਚ ਜਾਂਦਾ, ਮੁੱਖ ਮੰਤਰੀ ਦਾ ਪਾਇਲਟ ਬਣ ਗਿਆ, ਕਦੀ ਇਹਨੂੰ ਮੁੱਖ ਮੰਤਰੀ ਪੰਜਾਬ ਦਾ ਹੀ ਤਾਂ ਦਿੱਲੀ ਨੂੰ ਚਲਾ ਗਿਆ, ਇਹਦਾ ਦਿੱਲੀ ਨੂੰ ਭੇਜਤਾ ਇਹਨਾਂ ਨੇ, ਸਾਡਾ ਪੰਜਾਬ 'ਚ ਸੀ, ਪੰਜਾਬ 'ਚ ਰਹਿੰਦਾ ਕੋਈ ਸ਼ਹਿਰ, ਇੱਕ ਹੁਸ਼ਿਆਰਪੁਰ ਇੱਕ ਕੰਮ ਦੱਸ ਸਰ, ਚਲੋ ਉਹ ਤਿਹਾੜ ਜੇਲ ਚਲਾ ਗਿਆ, ਚਲੋ ਇੱਕ ਦੂਜੇ ਦੇ ਇਹ ਸਾਡੇ ਕੋਲੋਂ 2 ਸਾਲਾਂ ਦਾ ਹਿਸਾਬ ਤਾਂ ਪੁੱਛਦੇ ਆ, ਆ ਅਕਾਲੀ ਦਲ ਵਾਲੇ ਆ 25 ਤੋਂ 30 ਸਾਲ ਤੋਂ ਵੱਧ ਰਾਜ ਕਰਕੇ ਇਹ ਜਵਾਬ ਦੇਣ, 5 ਸਾਲ MP ਸਾਹਿਬ ਇੱਥੇ ਰਾਜ ਕਰ ਗਏ ਆ ਇਹ ਜਵਾਬ ਦੇਣ। ਸੋ ਸਵਾਲ ਮੁੱਦਿਆਂ ਤੇ ਗੱਲ ਕਰੋ, ਡਿਵੈਲਪਮੈਂਟ ਤੇ ਗੱਲ ਕਰੋ, ਤੁਸੀਂ ਬੇਅਦਬੀ ਕਰਾਈ ਕਹਿੰਦੇ ਆ ਪੰਜਾਬ ਦੀ ਜਨਤਾ, ਮੈਨੂੰ ਪਤਾ ਸਭ ਪਤਾ ਕਿ ਬੇਅਦਬੀ ਕਰਾਉਣ ਵਾਲੇ ਇਹੀ ਜਮਾਤ ਆ, ਬੇਅਦਬੀ ਕਰਾਉਣੇ ਬੇਅਦਬੀ ਦਾ ਮਸਲਾ ਚੱਕਦੇ ਨੇ, ਅੰਦਰ ਦਿਓ ਫੜੇ ਕਿਉਂ ਨਹੀਂ, ਕਦੀ 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 ਕਦੀ
ਕਦੀ ਕਦੀ ਇਨਸਾਨ ਦੇ ਮੂੰਹੋਂ ਸੱਚ ਨਿਕਲਦਾ। ਮੈਡਮ ਹਰਸਿਮਰਤ ਕੌਰ ਬਾਦਲ ਨੇ ਦਰਬਾਰ ਸਾਹਿਬ ਜਾ ਕੇ ਕਿਹਾ ਸੀ ਜਿਹਨਾਂ ਨੇ ਬੇਅਦਬੀ ਕਰਨੀ ਕੱਖ ਨਾ ਰਵੇ ਔਰ ਕੱਖ ਨਹੀਂ ਰਿਹਾ ਇਹਨਾਂ ਦਾ। ਇਹਨਾਂ ਨੇ ਕਿ ਸਾਨੂੰ ਜੁਡੀਸ਼ੀਅਲ ਯਕੀਨ ਆ, ਫਿਰ ਹੁਣ ਕਿਉਂ ਕਹਿੰਦੇ ਆ? ਇਹ ਕਹਿੰਦੇ ਤੁਹਾਨੂੰ ਵੀ ਜੁਡੀਸ਼ੀਅਲ 'ਤੇ ਯਕੀਨ ਆ, ਸਾਨੂੰ ਵੀ ਯਕੀਨ ਆ, ਜੁਡੀਸ਼ੀਅਲੀ ਯਕੀਨ ਹੈਗਾ ਨਾ ਇਹਨਾਂ ਨੂੰ? ਸਾਨੂੰ ਪਰਮਾਤਮਾ ਦਾ ਵੀ ਭਰੋਸਾ, ਇਹਨਾਂ ਨੇ ਤਾਂ ਪਰਮਾਤਮਾ ਭੁੱਲ ਗਿਆ ਸੀਗਾ। ਸਵਾਲ ਚੁੱਕਦੇ ਨੇ, ਕਹਿੰਦੇ ਮੰਨ ਲਓ ਲਖੀਮਪੁਰ ਖੇੜੀ ਵਾਲਾ 2 ਸਾਲ ਹੋ ਗਏ, ਹੁਣ ਤਾਂ ਬੜੋ ਤੁਸੀਂ ਕੀ ਚਾਹੁੰਦੇ ਆ ਪੰਜਾਬ ਦੇ ਵਿੱਚ? ਬਸ 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 ਇੱਕ ਮਿੰਟ ਜੀ, ਥੋੜੇ ਸੈੱਟ ਹੋ ਕੇ ਖੜ ਜਾਓ। ਤੁਹਾਡਾ ਦਾਵਾ ਸੀਐਮ ਮਾਨ ਦਾਵਾ ਕਰਦੇ ਨੇ 13-0 ਹੋਊਗਾ, ਕੀ ਹੁਸ਼ਿਆਰਪੁਰ ਦੀ ਸੀਟ ਜਿੱਤੋਗੇ? 100% 100% ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ। ਇਹਨਾਂ ਨੇ ਇਹ ਕਹਿੰਦੇ 13-0 ਕਰੂੰਗਾ, ਕਰਾਂਗੇ ਹੀ ਕਰਾਂਗੇ ਅਸੀਂ, ਤੁਹਾਡਾ ਕੀ ਦਾਵਾ? ਮੈਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਕਿ ਭਗਵੰਤ ਮਾਨ ਜੀ ਨੇ ਜਿਹੜਾ ਨਾਰਾ ਦਿੱਤਾ ਨਾ 13-0 ਦਾ, ਉਹ 0-13 ਹੀ ਹੋਊਗਾ, ਪੱਕਾ ਹੋਊਗਾ, ਪੱਕਾ ਹੋਊਗਾ। ਇੱਕ ਲਾਸਟ ਸਵਾਲ, ਇੱਕ ਮਿੰਟ ਤੁਸੀਂ ਸ਼ੁਰੂ ਕੀਤਾ ਸੀਗਾ ਕਿ 5 ਕੰਮ ਕਿਹਾ ਸੀ ਗਿਣਾਉਣ ਨੂੰ, ਸਿਰਫ ਇੱਕ ਕੰਮ ਗਿਣਾ ਦੇਣਾ, ਇੱਕ ਕੰਮ। ਅਗਰ ਇਹਨਾਂ ਨੂੰ ਨਹੀਂ ਪਤਾ ਇੱਕ ਕੰਮ, ਮੈਂ ਦੱਸਾਂਗਾ ਇੱਕ ਕੰਮ ਗਿਣਾ ਦੇਣਾ ਇਹ ਸੋਮ ਪ੍ਰਕਾਸ਼ ਜੀ ਦਾ। ਮੈਂ ਗਿਣਾਵਾਂਗਾ ਇੱਕ ਕੰਮ, ਬਸ ਠੀਕ ਆ। ਤੇ ਅਕਾਲੀ ਦਲ ਤੁਸੀਂ ਕੀ ਕਹਿੰਦੇ ਹੋ? ਅਸੀਂ ਤਾਂ ਬਾਈ ਜੀ ਸਿੱਧੀ ਗੱਲ ਇਹ ਕਹਿੰਦੇ ਆ, ਪੰਜਾਬ ਦੇ ਵੋਟਰਾਂ ਨੂੰ ਇਹ ਅਪੀਲ ਹੀ ਕਰ ਸਕਦੇ ਆ, ਜੇ ਆਪਦਾ ਬਚਾਉਣਾ ਜਿੱਤੋਗੇ, ਹੁਸ਼ਿਆਰਪੁਰ ਜਿੱਤੋਗੇ, ਹੁਸ਼ਿਆਰਪੁਰ ਜਿੱਤ ਰਹੇ। ਸਰਦਾਰ ਸੋਹਣ ਸਿੰਘ ਸੰਡਲ ਬਹੁਤ ਜ਼ਿਆਦਾ ਵੱਡੀ ਲੀਡ ਨਾਲ ਸੀਟ ਕੱਢ ਰਹੇ ਆ, ਤਾਂ ਦੇਖ ਸਕਦੇ ਹੋ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਡਿਬੇਟ ਕਰਵਾ ਰਹੇ ਸੀ। ਸਾਰੀਆਂ ਪਾਰਟੀਆਂ ਦਾ ਦਾਵਾ ਹੈ ਕਿ ਸਾਡਾ ਕੈਂਡੀਡੇਟ ਜਿੱਤੂਗਾ, ਸਾਡਾ ਕੈਂਡੀਡੇਟ ਜਿੱਤੂਗਾ, ਪਰ ਜਿੱਤ ਕਿਹਦੀ ਹੁੰਦੀ ਹੈ ਤਾਂ 4 ਜੂਨ ਨੂੰ ਪਤਾ ਲੱਗੂਗਾ, ਲੋਕ ਕਿਹਦੇ ਵੱਲ ਉੱਲਰਦੇ ਨੇ, ਕਿਹਨੂੰ ਵੋਟ ਪਾਉਂਦੇ ਨੇ। ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ, ਪ੍ਰੋ ਪੰਜਾਬ ਟੀਵੀ, ਹੁਸ਼ਿਆਰਪੁਰ।